अपना सांझा पंजाब टीवी ते दोस्तों तुहाडा स्वागत है। मैं हाँ भुपिंदर सिंह सज्जन। अज आपां गलबात करांगे घल्लूघारा जून 1984। 36 वरे बीत चुके ने पर सिखां दे जख्म अज भी ज्योंदे त्यों ताज़े ने। वो जख्म जिहड़े जून 1984 विच भारत की सरकार ने सिखां नूं दित्ते, आखिर सिखां दे वो जख्म अज तक भी अले क्यों ने? वो जख्म अज तक भर क्यों नहीं पाए? कुछ सवाल वो होणगे जिहड़े सरकार वल्लों ने, कुछ सवाल ਇਦਾਂ ਦੇ ਹੋਣਗੇ ਜਿਹੜੇ ਆਪਾਂ ਅੱਜ ਦੇ ਪ੍ਰੋਗਰਾਮ 'ਚ ਵਿਚਾਰਾਂਗੇ। ਜਿਹੜੇ ਸਿੱਖ ਚਿਹਰੇ ਮੂਹਰੇ ਵਾਲੇ ਹੈ, ਜਿਹੜੇ ਇਨਸਾਨ ਨੇ, ਉਹਨਾਂ ਵੱਲੋਂ ਉਠਾਏ ਜਾਂਦੇ ਨੇ ਕੁਝ ਸਵਾਲ। ਆਮ ਸਿੱਖ ਸੰਗਤਾਂ ਦੇ ਹੋਣਗੇ, ਕੁਝ ਸਵਾਲ ਮੇਰੇ ਹੋਣਗੇ। ਉਹਨਾਂ ਸਾਰੇ ਸਵਾਲਾਂ ਦੇ ਉੱਪਰ ਅੱਜ ਆਪਾਂ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। 36ਵਾਂ ਵਰ੍ਹਾ ਚੱਲ ਰਿਹਾ ਹੈਗਾ ਅੱਜ ਤੋਂ 36 ਵਰੇ ਪਹਿਲਾਂ। ਇਸੇ ਹੀ ਹਫ਼ਤੇ ਵਿੱਚ ਜੂਨ ਦਾ ਪਹਿਲਾ ਹਫ਼ਤਾ ਦਰਬਾਰ ਸਾਹਿਬ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਭਾਰਤ ਦੀ ਸਰਕਾਰ ਨੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰ ਦਿੱਤਾ ਸੀ। ਮੁੱਠੀ ਭਰ ਸਿੱਖਾਂ ਨੇ, ਮੁੱਠੀ ਭਰ ਗੁਰੂ ਕੇ ਖਾਲਸੇ ਸਿੰਘਾਂ ਨੇ ਉਸ ਵੇਲੇ ਦੀ ਹਕੂਮਤ ਦੇ ਨਾਲ ਭਾਰਤੀ ਫੌਜ ਦੇ ਨਾਲ ਟੱਕਰ ਲੈਂਦਿਆਂ ਹੋਇਆਂ ਸ਼ਹਾਦਤਾਂ ਦੇ ਜਾਮ ਪੀਤੇ, ਪਰ ਉਹਨਾਂ ਜੁਝਾਰੂਆਂ ਨੇ ਹਿੰਦ ਹਕੂਮਤ ਦੇ ਸਾਹਮਣੇ ਆਪਣੇ ਗੋਡੇ ਨਹੀਂ ਟੇਕੇ। ਇਸ ਵਿਸ਼ੇ 'ਤੇ ਗੱਲਬਾਤ ਕਰਨਗੇ ਸਾਡੇ ਨਾਲ ਵੰਗਾਰ ਰਸਾਲਾ ਛਪਦਾ ਹੈਗਾ ਅੰਮ੍ਰਿਤਸਰ ਤੋਂ, ਉਹਦੇ ਸੰਪਾਦਕ ਨੇ ਸਰਦਾਰ ਬਲਜੀਤ ਸਿੰਘ ਜੀ ਖਾਲਸਾ। ਖਾਲਸਾ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਖਾਸ ਪ੍ਰੋਗਰਾਮ ਦੇ ਵਿੱਚ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਇਹੀ ਜਾਣਨਾ ਚਾਹੁੰਦਾ ਹਾਂ ਕਿ ਜੂਨ 1984 ਜੋ ਸਿੱਖ ਕੌਮ ਨੇ ਸੰਤਾਪ ਆਪਣੇ ਪਿੰਡੇ ਦੇ ਉੱਪਰ ਝੱਲਿਆ, ਆਖਿਰ ਮੈਨੂੰ ਲੱਗਦਾ ਕਿ ਵੈਸੇ ਤਾਂ ਸੀਨਾ ਪਸੀਨਾ ਸਾਰਾ ਕੁਛ ਚੱਲੀ ਆ ਰਿਹਾ ਹੈਗਾ, ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈਗਾ, ਨਵੀਂ ਪੀੜ੍ਹੀ ਨੂੰ ਵੀ ਕਾਫੀ ਕੁਛ ਪਤਾ ਹੈਗਾ ਵੀ ਕੀ ਕੁਛ ਉਹਨਾਂ ਸਮਿਆਂ 'ਚ ਵਾਪਰਿਆ ਸੀਗਾ, ਪਰ ਮੈਨੂੰ ਲੱਗਦਾ ਬਹੁਤ ਸਾਰੇ ਬੱਚੇ ਅੱਜ ਇੱਦਾਂ ਦੇ ਨੇ ਕਿਉਂਕਿ ਪੀੜ੍ਹੀ ਬਦਲ ਚੁੱਕੀ ਆ, ਨਵੀਂ ਪੀੜ੍ਹੀ ਆ ਚੁੱਕੀ ਹੈਗੀ ਆ, ਬਹੁਤ ਸਾਰਿਆਂ ਨੂੰ ਪਤਾ ਹੀ ਨਹੀਂ ਹੋਊਗਾ ਵੀ ਉਹਨਾਂ ਸਮਿਆਂ ਵਿੱਚ ਕੀ ਕੁਛ ਵਾਪਰਿਆ ਸੀ ਔਰ ਆਖਰ ਇਹ ਸਾਰਾ ਭਾਣਾ ਕਿਉਂ ਵਾਪਰਿਆ, ਇਹਦੇ ਪਿੱਛੇ ਦੀ ਕਹਾਣੀ ਕੀ ਸੀ ਸਾਰੀ ਜੀ? ਹਾਂਜੀ, ਜਿਵੇਂ ਤੁਸੀਂ ਵੀਰ ਜੀ ਗੱਲ ਕੀਤੀ ਆ ਕਿ ਸ਼ਾਇਦ ਜਿਹੜੀ ਆ ਨਵੀਂ ਪੀੜ੍ਹੀ ਉਹਨਾਂ ਨੂੰ ਪਤਾ ਹੀ ਨਹੀਂ ਹੋਏਗਾ, ਤੇ ਜਾਣ ਜਿਹਨਾਂ ਨੂੰ ਪਤਾ ਹੈ ਤੇ ਉਹਨਾਂ ਦੇ ਵਿੱਚੋਂ ਕਈ ਭੁੱਲ ਚੁੱਕੇ ਨੇ ਜੀ। ਚੈਕੋ ਸਲਵਾਕੀਆ ਦਾ ਨਾ ਇੱਕ ਲੇਖਕ ਸੀਗਾ ਬਿਲਾਸਪੁਰ, ਮਿਲਾਨ ਕੁੰਦੇਰਾ ਜੀ। ਹਾਂ, ਉਹਨੇ ਇੱਕ ਕਿਤਾਬ ਦੇ ਵਿੱਚ ਲਿਖਿਆ ਸੀ, ਕਹਿੰਦਾ ਸੀ ਕਿਸੇ ਕੌਮ ਨੂੰ ਖਤਮ ਕਰਨ ਲਈ ਸਭ ਤੋਂ ਪਹਿਲੀ ਗੱਲ ਜਿਹੜੀ ਕਰਨੀ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਉਸ ਕੌਮ ਦੀ ਯਾਦ ਸ਼ਕਤੀ ਨੂੰ ਭੁਲਾ ਦਿਓ ਜੀ, ਉਹਦੀਆਂ ਕਿਤਾਬਾਂ ਤਬਾਹ ਕਰ ਦਿਓ ਜੀ, ਇੱਕ ਨਵਾਂ ਸੱਭਿਆਚਾਰ ਘੜੋ, ਸਗੋਂ ਇੱਕ ਨਵਾਂ ਇਤਿਹਾਸ ਵੀ ਘੜੋ, ਛੇਤੀ ਉਹ ਕੌਮ ਭੁੱਲ ਜਾਏਗੀ ਕਿ ਪਹਿਲਾਂ ਕੀ ਸੀ ਤੇ ਹੁਣ ਕੀ ਹੈ ਜੀ। ਅਖੀਰ ਤੇ ਜਿਹੜਾ ਉਹਨੇ ਲਿਖਿਆ, ਕਹਿੰਦਾ ਕਿ ਮਨੁੱਖ ਦੀ ਸੱਤਾ ਵਿਰੁੱਧ ਲੜਾਈ ਅਸਲ ਵਿੱਚ ਭੁੱਲ ਜਾਣ ਦੇ ਵਿਰੁੱਧ ਯਾਦ ਰੱਖਣ ਦੀ ਲੜਾਈ ਹੈ ਜੀ ਜੀ। ਇਹ ਜਿਹੜਾ ਅਸਲ ਵਿੱਚ ਇੱਕ ਤੱਤ ਕੱਢਿਆ ਹੋਇਆ ਇੱਕ ਮਹਾਨ ਲੋਕਾਂ ਦਾ ਫਿਲਾਸਫਰਾਂ ਦਾ, ਤੇ ਭਾਰਤੀ ਹਕੂਮਤ ਜਿਹੜੀ ਆ ਕਿ ਅਸੀਂ ਦੇਖਦੇ 1984 ਤੋਂ ਹੀ ਇਸ ਲਈ ਯਤਨਸ਼ੀਲ ਹੋ ਗਈ ਸੀ ਕਿਉਂਕਿ ਕੋਈ ਵੀ ਨਿਸ਼ਾਨ ਜਿਹੜਾ ਇਸ ਘੱਲੂਘਾਰੇ ਦਾ ਉਹ ਬਾਕੀ ਨਾ ਰਹਿਣ ਦਿੱਤਾ ਜਾਵੇ, ਸਾਰੇ ਨਿਸ਼ਾਨ ਮਿਟਾ ਦਿੱਤੇ ਜਾਣ ਜੀ। ਜਿਹੜਾ ਕਈ ਤਰ੍ਹਾਂ ਦੇ ਜਿਹੜੇ ਪਖੰਡੀ ਸਾਧਾਂ ਨੂੰ ਜਾਂ ਅੱਗੇ ਲਾ ਕੇ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰ ਸੇਵਾ ਜਿਹੜੀ ਕਰਵਾਈ ਗਈ ਜਾਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਜਿਹੜੀਆਂ ਗੋਲੀਆਂ ਤੇ ਗੋਲੀਆਂ ਦੇ ਨਿਸ਼ਾਨ ਜਿਹੜੇ ਆ ਉਹ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ, ਹਾਲਾਂਕਿ ਪੂਰਾ ਜ਼ੋਰ ਲਾ ਕੇ ਵੀ ਜਿਹੜਾ ਕਿ ਸਮੁੱਚੀਆਂ ਨਿਸ਼ਾਨੀਆਂ ਜੇ ਘੱਲੂਘਾਰੇ ਦੀਆਂ ਇਸ ਹਮਲੇ ਦੀਆਂ ਜਿਹੜੀਆਂ ਅਜੇ ਤੱਕ ਮਿਟਾਈਆਂ ਨਹੀਂ ਜਾ ਸਕੀਆਂ ਜੀ। ਜਦੋਂ ਅੱਜ ਵੀ ਅਸੀਂ ਧਿਆਨ ਨਾਲ ਵੇਖੀਏ ਤੇ ਬਹੁਤ ਨਿਸ਼ਾਨੀਆਂ ਜਿਹੜੀਆਂ ਇੱਦਾਂ ਦੀਆਂ ਸਾਨੂੰ ਮਿਲ ਜਾਂਦੀਆਂ ਨੇ ਕਿ ਇੰਨਾ ਜ਼ੋਰ ਲਾ ਕੇ ਪੂਰੀ ਹਕੂਮਤੀ ਤਾਕਤ ਵਰਤ ਕੇ ਹਰੇਕ ਢੰਗ ਤਰੀਕਾ ਵਰਤ ਕੇ ਜਿਹੜਾ ਕਿ ਕੋਸ਼ਿਸ਼ ਕੀਤੀ ਗਈ ਵੀ ਇਸ ਘੱਲੂਘਾਰੇ ਦੇ ਨਿਸ਼ਾਨ ਜਿਹੜੇ ਆ ਉਹ ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚੋਂ ਮਿਟਾ ਦਿੱਤੇ ਜਾਣ ਜੀ। ਪਰ ਅੱਜ ਵੀ ਬਹੁਤ ਥਾਵਾਂ ਤੇ ਜਿਹੜਾ ਕਿ ਗਾਹੇ ਵਗਾਹੇ ਕੁਝ ਏਦਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਨਜ਼ਰ ਪੈ ਜਾਂਦੀਆਂ ਜੀ, ਤੇ ਇਹ ਅਸੀਂ ਸਮਝਦੇ ਹਾਂ ਕਿ ਇਹ ਗੁਰੂ ਪਾਤਸ਼ਾਹ ਦੀ ਇੱਕ ਬਖਸ਼ਿਸ਼ ਹੈ ਕਿ ਸਿੱਖ ਇਸ ਘੱਲੂਘਾਰੇ ਨੂੰ ਉਦੋਂ ਤੱਕ ਘੱਟੋ ਘੱਟ ਨਾ ਭੁੱਲਣ ਜਦੋਂ ਤੱਕ ਇਸ ਘੱਲੂਘਾਰੇ ਦੇ ਵਿੱਚੋਂ ਨਿਰਧਾਰਿਤ ਜਿਹੜਾ ਹੋਇਆ ਕੌਮੀ ਨਿਸ਼ਾਨਾ ਉਸਨੂੰ ਕੌਮ ਜਿਹੜਾ ਕਿ ਉਹ ਸੰਪੂਰਨ ਨਹੀਂ ਕਰ ਲੈਂਦੀ। ਹਾਲਾਂਕਿ ਕੌਮਾਂ ਜਿਹੜੀਆਂ ਨੇ ਆਪਣੀ ਆਜ਼ਾਦੀ ਤੋਂ ਬਾਅਦ ਵੀ ਆਪਣੀ ਨਸਲਕੁਸ਼ੀ ਨੂੰ ਨਹੀਂ ਭੁੱਲਦੀਆਂ। ਅਸੀਂ ਯਹੂਦੀਆਂ ਦੀ ਮਿਸਾਲ ਲਈਏ ਤੇ 60 ਲੱਖ ਯਹੂਦੀ ਜਿਹੜੇ ਆ ਕਿ ਜਰਮਨ ਦੇ ਵਿੱਚ ਕਤਲ ਕੀਤੇ ਗਏ ਹਿਟਲਰ ਵੱਲੋਂ, ਉਸ ਤੋਂ ਬਾਅਦ ਉਹਨਾਂ ਨੇ ਆਪਣਾ ਇੱਕ ਦੇਸ਼ ਜਿਹੜਾ ਕਿ ਬਣਾਉਣ ਦੀ ਲੋੜ ਮਹਿਸੂਸ ਕੀਤੀ ਤੇ ਇਜ਼ਰਾਈਲ ਨਾਂ ਦੇ ਦੇਸ਼ ਦੇ ਅੱਜ ਉਹ ਮਾਲਕ ਨੇ, ਤੇ ਇਹਦੇ ਬਾਵਜੂਦ ਉਹਨਾਂ ਨੇ ਆਪਣੀ ਜਿਹੜੀ ਨਸਲਕੁਸ਼ੀ ਹੋਈ ਆ ਉਹਦੀਆਂ ਨਿਸ਼ਾਨੀਆਂ ਇੱਕ ਮਿਊਜ਼ੀਅਮ ਉਹਨਾਂ ਨੇ ਸਪੈਸ਼ਲ ਇਸ ਲਈ ਬਣਾਇਆ ਜਿਹਦੇ ਵਿੱਚ ਉਸ ਘੱਲੂਘਾਰੇ ਦੀਆਂ ਉਸ ਨਸਲਕੁਸ਼ੀ ਦੀਆਂ ਨਿਸ਼ਾਨੀਆਂ ਜਿਹੜੀਆਂ ਕਿ ਸੰਭਾਲ ਕੇ ਰੱਖੀਆਂ
ਤੇ ਅਸੀਂ ਸਮਝਦੇ ਹਾਂ ਕਿ ਜਦੋਂ ਤੱਕ ਇਹ ਧਰਤੀ ਰਹੂਗੀ, ਸੂਰਜ ਚੰਦ ਰਹਿਣਗੇ, ਉਦੋਂ ਤੱਕ ਇਸ ਤਰ੍ਹਾਂ ਦੇ ਘੱਲੂ ਘਾਰੇ ਜਿਹੜੇ ਆ ਕਿ ਉਹ ਭੁੱਲਣੇ ਨਹੀਂ ਚਾਹੀਦੇ, ਤੇ ਇਹ ਯਾਦ ਰੱਖਣੇ ਚਾਹੀਦੇ ਆ, ਤੇ ਹਰੇਕ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਵੀ ਪਤਾ ਹੋਣਾ ਚਾਹੀਦਾ ਕਿ 1984 ਦੇ ਵਿੱਚ ਸਾਡੀ ਕੌਮ ਦੇ ਨਾਲ ਕੀ ਹੋਇਆ ਸੀਗਾ। ਤੇ ਇਹਦੇ ਲਈ ਜਿਹੜਾ ਕਿ ਹਰੇਕ ਤਰ੍ਹਾਂ ਦੇ ਜੋ ਵੀ ਜ਼ਰੂਰੀ ਆ ਉਹ ਕਦਮ ਆਪਣੇ ਪੁੱਟੇ ਜਾਣੇ ਚਾਹੀਦੇ ਆ। खालसा जी, मैनू याद हैगा एक बिल्कुल सच्ची गल हैगी, मैं अपने दर्शकों ने भी सांझी करनी चाहूँगा, मैं तुहाडे नाल भी गल सांझी करनी चाहुंदा। तकरीबन 4 वरे पहलां दी गल हैगी, कोई किसी पिंड विच रहिंदे एक सज्जन, साडा हुशियारपुर जिला हैगा, हुशियारपुर जिले का एक पिंड हैगा, और उन्हां दी जिहड़े सज्जन मेरे नाल सीगे दरबार साहिब आपां गए दर्शन मेले करन वास्ते, उन्हां दी करीब उम्र होएगी 55 साल। उन्होंने मैनू 55 साल की उम्र के सज्जन ने मैनू आख्या, मैनू पुछया उत्थे जाके जो आप अकाल तख्त साहब के सामने गए, कहिंदे यार कहिंदे भुपिंदर सिंह मैनू पता लगा भी जो 1984 कोई लड़ाई झगड़ा जहा होया, कित्थे कु होया सी भला, सज्जे खब्बे वेखण लग पए। मैं उन्हां दी गल सुन के, उन्हां दा सवाल सुन के बड़ा चक्कर विच पै गया कि जिवें ना कोई 2-4 जणे लड़ पए हुंदे आपस विच, भई इदां दा लड़ाई झगड़ा। मेरा एक बारी तो हिरदा वलुंदरिया गया कि 55 साल की उम्र, अज तो 4 वरे पहलां दी गल कर रहा मैं, अज उन्हां दी उम्र 59-60 साल की हो गई होंगी, भी उन्हां नूं पता ही नहीं हैगा कि 1984 की कुछ वरत्या सीगा, की कुछ वापरिया सीगा, किन्ना कहर वापरिया सीगा। मैं खालसा ही चाहुंदा हैगा कि उदां दे सज्जण कल्ले उही नहीं, बहुत सारे सज्जण इदां दे होणगे जिहड़े बिल्कुल इस चीज़ तो लांभे ने, जिन्होंने किताबां नहीं पढ़िया, जिन्होंने सोशल मीडिया नूं वरत्या तां जरूर हैगा, पर उन्होंने उन्होंने साइटां नूं खोले नहीं हैगा जिथे जाके सारी जानकारी मिल सके कि किन्ना जबरदस्त ते किन्ना ज़्यादा घाण होया सी उन्होंने समय दे विच। सो मैं चाहुंदा कि जरूर एक बार सारा दृश्य सामने लिया जाए भी उन्होंने दिनों में वापरिया की कुछ सीगा। धन गुरु अर्जन देव महाराज का शहीदी दिहाड़ा स्पैशल चुनिया गया सीगा कि उन्होंने दिनों। हाँ बिल्कुल वीर जी, असीं जिहड़ा देखदे आ जी घट्टो घट्ट जिहड़े कि उस मौके दे उत्ते जिहड़े कि दरबार साहिब दे अंदर सीगे सिंघ सिंघणियां जी, उन्हां दे दस्सण मुताबक जिहड़ा कि इस तरां दा दृश्य सीगा जिहड़ा उस वेले कि जिवें हरिमंदर साहिब दे उत्ते अग दा मींह वर रिहा होवे जी, गोलियां ते गोले जिहड़े आ कि इन्ने चल रहे सी कि उहदे विचों इस तरह महसूस हुंदा सीगा कि जिवें अग दा मींह जिहड़ा हरिमंदर साहिब दे उत्ते वर रिहा, ते लाशां जिहड़ियां परिक्रमा दे विच सिख संगत दीआं शरधालूआं दीआं इस तरह विछीआं पईआं सीगीआं जदों 6 जून वाले दिन जी, कि जे कोई चाहे कि परिक्रमा दे विचों लंघ के अगे जाणा चाहुंदा, कि कहिंदे सी कोई भी खाली थां जिहड़ी आ कि इस तरह की नहीं सी कि जिथे बचा के आपां किसे लाश दे उत्तों पैर रख सकीए जी, ते इन्ना ज्यादा घाण जिहड़ा साडी कौम दा उदों होया। मैं हालांकि लड़न वाले सिंह जिहड़े आ कि बहुत थोड़े सी जी, पर श्री गुरु अर्जन पातशाह दा शहीदी दिन जिहड़ा कि इस हमले दे लई चुनिया गया सिर्फ इस करके चुनिया गया क्योंकि ਉਹ ਚਾਹੁੰਦੇ ਸੀਗੇ ਕਿ ਧਰਮ ਦੇ ਨਾਲ ਜੁੜੇ ਹੋਏ ਸਿੱਖਾਂ ਨੂੰ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਖਤਮ ਕੀਤਾ ਜਾ ਸਕੇ, ਕਿਉਂਕਿ ਸ੍ਰੀ ਗੁਰੂ ਅਰਜਨ ਪਾਤਸ਼ਾਹ ਦੇ ਸ਼ਹੀਦੀ ਦਿਨ ਤੇ ਸ੍ਰੀ ਹਰਿਮੰਦਰ ਸਾਹਿਬ ਪਹੁੰਚਣਗੇ, ਉਹੀ ਸਿੱਖ ਪਹੁੰਚਣਗੇ ਜਿਹੜੇ ਧਰਮ ਦੇ ਨਾਲ ਜੁੜੇ ਹੋਏ ਆ, ਤੇ ਵੱਡੀ ਗਿਣਤੀ ਦੇ ਵਿੱਚ ਧਰਮ ਨਾਲ ਜੁੜੇ ਹੋਏ ਸਿੱਖਾਂ ਨੂੰ ਕਤਲ ਕਰਨ ਦੇ ਲਈ ਉਹ ਦਿਹਾੜਾ ਜਿਹੜਾ ਹਮਲਾ ਕਰਨ ਦੇ ਲਈ ਚੁਣਿਆ ਗਿਆ ਉਹ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸੀ। ਤੇ ਕਿਸ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਲੜਨ ਵਾਲੇ ਸਿੰਘ ਜਿਹੜੇ ਬਹੁਤ ਥੋੜੇ ਸੀ ਤੇ ਸੰਗਤ ਦੇ ਵਿੱਚ ਜਿਹੜਾ ਜਿਹੜੇ ਨਿਹੱਥੇ ਸਿੰਘ ਸੀ ਉਹਨਾਂ ਦੇ ਅੰਦਰ ਕਿਸ ਤਰ੍ਹਾਂ ਦਾ ਜਜ਼ਬਾ ਸੀਗਾ, ਮੈਨੂੰ ਇੱਕ ਮੋਰਚੇ ਦੇ ਵਿੱਚ ਗੁਰੂ ਰਾਮਦਾਸ ਲੰਗਰ ਦੇ ਵਿੱਚ ਜਿਹੜੇ ਮੋਰਚੇ ਜਿਹੜੇ ਸਿੰਘਾਂ ਨੇ ਬਣਾਏ ਸੀ ਉਹਨਾਂ ਦੇ ਵਿੱਚ ਮੌਜੂਦ ਇੱਕ ਸਿੰਘ ਨੇ ਦੱਸਿਆ, ਜਦੋਂ ਮੈਂ ਆਪਣੀ ਕਿਤਾਬ ਘੱਲੂਘਾਰਾ ਜੂਨ 1984 ਤਿਆਰ ਕਰ ਰਿਹਾ ਸੀ ਤੇ ਕਈ ਇਸ ਤਰ੍ਹਾਂ ਦੇ ਸਿੰਘਾਂ ਨਾਲ ਗੱਲਾਂ ਬਾਤਾਂ ਕੀਤੀਆਂ ਜਿਹੜੇ ਕਿ ਜਿਨ੍ਹਾਂ ਦੇ ਵਿੱਚੋਂ ਕਈ ਸਿੰਘਾਂ ਜੇਲ੍ਹਾਂ ਕੱਟ ਕੇ ਜਿਹੜੇ ਅੱਗੇ ਬਾਹਰ ਆਏ ਤੇ ਜਾਂ ਸੰਗਤ ਦੇ ਵਿੱਚ ਜਿਨ੍ਹਾਂ ਨੇ ਇਹ ਸਾਰਾ ਕੁਛ ਵੇਖਿਆ, ਉਹਨੇ ਉਸ ਸਿੰਘ ਨੇ ਦੱਸਿਆ ਕਿ ਜਿਸ ਵੇਲੇ 5 ਜੂਨ ਵਾਲੇ ਦਿਨ ਟੈਂਕ ਜਿਹੜੇ ਆ ਇਹਨਾਂ ਨੇ ਗੁਰੂ ਰਾਮਦਾਸ ਰਾਂ ਦੇ ਵੱਲੋਂ ਲਿਆਂਦੇ ਆ ਤੇ ਪ੍ਰਕਰਮਾ ਦੇ ਵਿੱਚ ਦਾਖਲ ਕੀਤੇ ਆ, ਜਦੋਂ ਜਿਹੜੇ ਕਹਿੰਦੇ ਸੀ ਕਿ ਅਸੀਂ 2 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਕਿ ਸਾਰਾ ਮੈਦਾਨ ਖਾਲੀ ਕਰ ਦੇਣਾ ਤੇ ਸੰਤ ਭਿੰਡਰਾਂ ਵਾਲਾ ਜਿਹੜਾ ਕਿ 2 ਘੰਟਿਆਂ ਦੇ ਵਿੱਚ ਗੋਡੇ ਟੇਕ ਦਊਗਾ, ਜਦੋਂ ਉਹਨਾਂ ਨੇ ਵੇਖਿਆ ਕਿ ਲਗਾਤਾਰ ਜਿਹੜਾ ਕਿ 24 ਘੰਟੇ ਵੀ
ताबड़ तोड़ हमले करके भी जिहड़ा कि सिंघां दे सिदक दे विच परेड नहीं पाई जा सकी। उस वेले उन्होंने कहा कि टैंक अंदर जिहड़े आ कि लियांदे जाण ਤੇ ਉਹ ਅੱਖੀ ਵੇਖੀ ਘਟਨਾ ਜਿਹੜੀ ਆ ਉਸ ਸਿੰਘ ਨੇ ਦੱਸੀ ਮੈਨੂੰ ਕਿ ਜਿਸ ਵੇਲੇ ਟੈਂਕ ਜਿਹੜੇ ਆ ਟੈਂਕਾਂ ਦੀ ਲਾਈਨ ਜਿਹੜੀ ਆ ਕਿ ਇੱਧਰ ਨੂੰ ਚੱਲੀ ਗੁਰੂ ਰਾਮਦਾਸ ਲੰਗਰ ਵਾਲੇ ਪਾਸਿਓਂ ਵੀ ਜਦੋਂ ਲੰਘ ਕੇ ਉੱਪਰ ਕਰਮਾਂ ਦੇ ਵੱਲ ਨੂੰ ਜਾਣ ਲੱਗੇ ਉਹ ਕਹਿੰਦੇ ਵੀ ਇੱਕ ਨਿਹੰਗ ਸਿੰਘ ਜਿਹੜਾ ਕਿ ਉੱਥੇ ਗੋਲੀਆਂ ਤੋਂ ਬਚਣ ਦੇ ਲਈ ਜਿਹੜੀ ਸੰਗਤ ਖੜੀ ਸੀ ਨਿਹੰਗ ਸਿੰਘ ਨੇ ਜਦੋਂ ਟੈਂਕਾਂ ਨੂੰ ਅੰਦਰ ਵੱਟਦੇ ਵੇਖਿਆ ਤੇ ਉਹ ਆਪਣੇ ਬਰਸ਼ਾਂ ਲੈ ਕੇ ਇੱਕ ਟੈਂਕ ਦੇ ਸਾਹਮਣੇ ਜਾ ਕੇ ਤੇ ਬਰਸ਼ੇ ਨਾਲ ਜਿਹੜਾ ਕਿ ਉਹਨੇ ਟੈਂਕ ਦੇ ਉੱਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਤੇ ਉਸ ਮਸ਼ੀਨ ਗਨ ਦਾ ਬ੍ਰਸਟ ਜਿਹੜਾ ਕਿ ਉਸ ਸਿੰਘ ਨੂੰ ਮਾਰਿਆ ਫੇਰ ਹੋ ਗਿਆ ਤੇ ਇਸ ਤਰੀਕੇ ਦਾ ਜਿਹੜਾ ਸੰਗਤ ਹਾਲਾਂਕਿ ਨਿਹੱਥੀ ਸੀ ਵੱਡੀ ਗਿਣਤੀ ਦੇ ਵਿੱਚ ਜਿਹਨੂੰ ਕਿ ਛੇਤੀ ਇਹੋ ਜਿਹੇ ਜੰਗ ਵਿੱਚ ਵੱਡੀ ਗਿਣਤੀ ਦੇ ਵਿੱਚ ਕਤਲ ਕੀਤਾ ਜਾ ਤੇ ਉਸ ਹਾਲਤ ਦੇ ਵਿੱਚ ਵੀ ਸਿੰਘਾਂ ਨੇ ਜਿਹੜੇ ਕਿ ਉਹ ਸਿੰਘ ਇੱਕ ਜਿਹੜੀ ਹੈ ਕਿ ਘਟਨਾ ਇੱਕ ਸਿੰਘ ਦਾ ਜਿਹੜਾ ਕਿ ਵਰਪਾਲ ਪਿੰਡ ਦਾ ਜਿਹੜਾ ਕਿ ਡੇਰਾ ਤਖ਼ਤ ਸਾਹਿਬ ਤੋਂ ਥੋੜਾ ਪਿੱਛੇ ਹਰੇਕ ਮਕਾਨ ਦੇ ਉੱਤੇ ਜਿਹਦੇ ਮੋਢੇ ਵਿੱਚ ਡਿਊਟੀ ਜਿਹੜੀ ਹੈ ਕਿ ਜਨਰਲ ਸੁਦੇਵ ਸਿੰਘ ਨੇ ਉੱਤੇ ਲਾਈ ਸੀ ਉਸ ਸਿੰਘ ਨੇ ਦੱਸਿਆ ਜਿਸ ਵੇਲੇ ਰਾਤ ਦੇ ਸਮੇਂ ਟੈਂਕਾਂ ਦੀਆਂ ਸਰਚ ਲਾਈਟਾਂ ਵੀ ਜਿਹੜੀਆਂ ਕਿ ਇਸ ਤਰ੍ਹਾਂ ਮਾਰਦੇ ਸੀ ਸਰਚ ਲਾਈਟਾਂ ਕਿ ਜਿਹੜੇ ਸਿੰਘ ਮੋਰਚਿਆਂ ਦੇ ਵਿੱਚ ਬੈਠੇ ਆ ਤੇ ਉਹਨਾਂ ਨੂੰ ਤੇ ਤਾਂ ਕਿ ਅਸੀਂ ਆਸਾਨੀ ਦੇ ਨਾਲ ਜਿਹੜਾ ਬਣਾ ਸਕੀਏ ਕਹਿੰਦੇ ਵੀ ਜਿਸ ਵੇਲੇ ਸਿੰਘਾਂ ਦੀ ਜਿਹੜੀ ਜਵਾਬੀ ਫਾਇਰਿੰਗ ਨੂੰ ਰੋਕ ਨਹੀਂ ਸਕੀਆਂ ਉਸ ਵੇਲੇ ਇੱਕ ਬੜੀ ਹੀ ਕਮੀਨੀ ਚਾਲ ਜਿਹੜੀ ਆ ਕਿ ਭਾਰਤੀ ਫੌਜ ਵੱਲੋਂ ਚੱਲ ਉਹ ਕਹਿੰਦੇ ਵੀ ਇੱਕ ਜ਼ਹਿਰੀਲੀ ਗੈਸ ਜਿਹੜੀ ਆ ਜਿਹਦੇ ਬਾਰੇ ਸਾਨੂੰ ਪਤਾ ਇਹ ਇੰਟਰਨੈਸ਼ਨਲ ਲਾ ਦੇ ਮੁਤਾਬਕ ਇਹ ਅੰਤਰਰਾਸ਼ਟਰੀ ਪੱਧਰ ਦੇ ਵਿੱਚ ਜੰਗਾਂ ਦੇ ਵਿੱਚ ਵਰਤੇ ਜਾਣ ਤੇ ਵੀ ਇਹਦੇ ਇਸ ਗੈਸ ਦੀ ਬੁਣਾਈ ਆ ਉਸ ਗੈਸ ਦੇ ਗੋਲੇ ਜਿਹੜੇ ਆ ਕਿ ਉਹ ਸਿੰਘਾਂ ਦੇ ਮੋਰਚਿਆਂ ਤੇ ਸੁੱਟੇ ਗਏ ਉਹ ਕਹਿੰਦੇ ਵੀ ਉਹ ਗੈਸ ਜਿਹੜੀ ਆ ਇੰਨੀ ਜ਼ਿਆਦਾ ਜ਼ਹਿਰੀਲੀ ਸੀ ਕਿ ਅੱਖਾਂ ਜਿਹੜੀਆਂ ਨੇ ਕਹਿੰਦੇ ਸੀ ਵੀ ਸਾਡੀਆਂ ਇਸ ਤਰ੍ਹਾਂ ਸੀਗੀਆਂ ਕਿ ਅਸੀਂ ਝਮਕਣ ਦੀ ਕੋਸ਼ਿਸ਼ ਕਰਦੇ ਸੀ ਪਰ ਝਮਕੀਆਂ ਨਹੀਂ ਸੀ ਜਾ ਰਹੀਆਂ ਤੇ ਜਿਨ੍ਹਾਂ ਦੇ ਮੂੰਹ ਖੁੱਲੇ ਸਿੰਘਾਂ ਦੇ ਰਹਿ ਗਏ ਉਹ ਮੂੰਹ ਉਹਨਾਂ ਦੇ ਖੁੱਲੇ ਹੀ ਰਹਿ ਗਏ ਵੀ ਇਹਨੂੰ ਪਤਾ ਨੀ ਕਿਸ ਤਰ੍ਹਾਂ ਦੀ ਜ਼ਹਿਰੀਲੀ ਗੈਸ ਸੀਗੀ ਤੇ ਪਰ ਉਹ ਕਹਿੰਦੇ ਵੀ ਅਸੀਂ ਉਸ ਟਾਈਮ ਤੇ ਕਹਿੰਦੇ ਵੀ ਗੁਰੂ ਰਾਮਦਾਸ ਪਾਤਸ਼ਾਹ ਦਾ ਇੱਕ ਕ੍ਰਿਸ਼ਮਾ ਜਿਹੜਾ ਕਿ ਵਰਤਦਾ ਵੇਖਿਆ ਕਿ ਜਿਸ ਵੇਲੇ ਇਹ ਗੈਸ ਜਿਹੜੀ ਹੈ ਵਰਤੀ ਗਈ ਭਾਰਤੀ ਫੌਜ ਵੱਲੋਂ ਤੇ ਹੁੰਮਸ ਸੀਗਾ ਸਾਰੇ ਪਾਸੇ ਗਰਮੀ ਦੇ ਦਿਨ ਸੀ ਕਹਿੰਦੇ ਸੀ ਵੀ ਉਸ ਹੁੰਮਸ ਦੇ ਵਿੱਚ ਇੱਕਦਮ ਹਵਾ ਦਾ ਬੁੱਲਾ ਇੱਕ ਆਇਆ ਤੇ ਉਹ ਧੂੰਆਂ ਜਿਹੜਾ ਉਹ ਗੈਸ ਦਾ ਉਹਦਾ ਰੁੱਖ ਜਿਹੜਾ ਕਿ ਉਹ ਸਿੰਘਾਂ ਦੇ ਮੋਰਚਿਆਂ ਦੇ ਵੱਲੋਂ ਹਟ ਕੇ ਤੇ ਫੌਜ ਵਾਲੇ ਪਾਸੇ ਹੋ ਗਿਆ ਤੇ ਉਹ ਕਹਿੰਦੇ ਵੀ ਇਹ ਅਸੀਂ ਇਸ ਨੂੰ ਇੱਕ ਗੁਰੂ ਰਾਮ ਪਾਤਸ਼ਾਹ ਦਾ ਇੱਕ ਕਾਤਕ ਸਮਝ ਕੇ ਚੜ੍ਹਦੀ ਕਲਾ ਦੇ ਵਿੱਚ ਸਿੰਘਾਂ ਨੇ ਜੈਕਾਰੇ ਛੱਡੇ ਤੇ ਉਸ ਵੇਲੇ ਫਿਰ ਜਿਹੜਾ ਉਸ ਵੇਲੇ ਜਿਹੜੀ ਭਾਰਤੀ ਫੌਜ ਪਰਕਰਮਾ ਤੱਕ ਪਹੁੰਚ ਚੁੱਕੀ ਸੀ ਤੇ ਉਹਦਾ ਹਾਲ ਜੋ ਹੋਇਆ ਉਹ ਉਸ ਸਿੰਘ ਦੇ ਦੱਸਣ ਦੇ ਮੁਤਾਬਕ ਕਿਆ ਕਹਿੰਦਾ ਵੀ ਪੂਰੀ ਪਰਕਰਮਾ ਦੇ ਵਿੱਚ ਭਾਰਤੀ ਫੌਜੀਆਂ ਦੀਆਂ ਲਾਸ਼ਾਂ ਜਿਹੜੀਆਂ ਇਸ ਤਰ੍ਹਾਂ ਵਿਛੀਆਂ ਪਈਆਂ ਸੀ ਕਿ ਜਿਵੇਂ ਮੰਡੀਆਂ ਦੇ ਵਿੱਚ ਕਣਕ ਦੀਆਂ ਬੋਰੀਆਂ ਟੁੱਟੀਆਂ ਹੁੰਦੀਆਂ ਵੀ ਇਸ ਤਰ੍ਹਾਂ ਦੀ ਜਿਹੜੀ ਆ ਕਿ ਪੂਰੀ ਤਾਕਤ ਵਰਤ ਕੇ ਭਾਰਤੀ ਫੌਜ ਜਿਹੜੀ ਆ ਉਹ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀ ਸੀ ਸਿੱਖਾਂ ਦੀ ਨੂੰ ਉਤਸ਼ਾਹਹੀਣ ਕਰਨਾ ਚਾਹੁੰਦੀ ਸੀ ਬੇਦਿਲ ਕਰਨਾ ਚਾਹੁੰਦੀ ਸੀ ਪਰ ਲਗਾਤਾਰ ਦੋ ਤਿੰਨ ਦਿਨ ਭੁੱਖੇ ਤੇ ਤਿਹਾਏ ਸਿੰਘਾਂ ਨੇ ਜਿਸ ਤਰੀਕੇ ਦੇ ਨਾਲ ਇਸ ਹਮਲੇ ਦਾ ਮੁਕਾਬਲਾ ਕੀਤਾ ਇਹ ਅਸੀਂ ਸਮਝਦੇ ਹਾਂ ਕਿ ਇੱਕ ਨਿਵੇਕਲਾ ਇਤਿਹਾਸ ਹੈ ਜਿਹਦੇ ਤੇ ਰਹਿੰਦੀ ਦੁਨੀਆਂ ਤੱਕ ਸਾਡੀਆਂ ਜਿਹੜੀਆਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਮਾਣ ਕਰਦੀਆਂ ਰਹਿਣਗੀਆਂ ਜੀ ਵਾਕਈ ਮੈਨੂੰ ਲੱਗਦਾ ਕਿ ਚਮਕੌਰ ਦੀ ਕੱਚੀ ਗੜੀ ਵਾਲਾ ਜਿਹੜਾ ਸਾਕਾ ਸੀ ਇੱਕ ਵਾਰ ਫਿਰ ਦੁਹਰਾਇਆ ਗਿਆ ਏਦਾਂ ਕਹਿ ਸਕਦੇ ਹਾਂ ਨਾ ਜੀ ਬਿਲਕੁਲ ਬਿਲਕੁਲ ਜੀ ਖਾਲਸਾ ਜੀ ਮੈਂ ਇਹ ਵੀ ਜਾਣਨਾ ਚਾਹੁੰਦਾ ਤੁਹਾਡੇ ਕੋਲੋਂ ਜਦੋਂ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਜਿਹੜੀ ਉਹ ਇੱਕ ਜ਼ਹਿਰੀਲੀ ਗੈਸ ਵਰਤੀ ਗਈ ਅੰਤਰਰਾਸ਼ਟਰੀ ਲਾ ਜਿਹੜੇ ਹੈਗੇ ਨੇ ਅੰਤਰਰਾਸ਼ਟਰੀ ਕਾਨੂੰਨ ਉਹਨਾਂ ਦੀਆਂ ਧੱਜੀਆਂ ਵੀ ਉਡਾਈਆਂ ਗਈਆਂ ਇੱਕ ਮੈਂ ਤੁਹਾਡੇ ਨਾਲ ਹੋਰ ਗੱਲ ਸਾਂਝੀ ਕਰਨੀ ਚਾਹੁੰਦਾ ਹੈਗਾ ਕਿ ਖਾਲਸਾ ਜੀ ਆਖਿਰ ਵਜ੍ਹਾ ਕੀ ਬਣ ਗਈ ਹੈਗੀ ਕੀ ਲੱਗਦਾ ਤੁਹਾਨੂੰ ਭਈ ਆਪਣੇ ਹੀ ਮੁਲਕ ਦੀ ਸਰਕਾਰ ਵੱਲੋਂ ਇਹ ਸਵਾਲ ਉਹਨਾਂ ਲੋਕਾਂ ਵੱਲੋਂ ਉਹਨਾਂ ਸਿੱਖਾਂ ਵੱਲੋਂ ਹੈਗਾ ਖਾਸ ਕਰਕੇ ਜਿਹਨਾਂ ਦੇ ਅੰਦਰ ਸਵਾਲ ਬਹੁਤ ਜ਼ਿਆਦਾ ਪੈਦਾ ਹੁੰਦੇ ਆ ਤੁਸੀਂ ਜਦੋਂ ਉਹਨਾਂ ਨੂੰ ਜਵਾਬ ਦਿੰਦੇ ਹੈਗੇ ਆ ਪਰ ਜਵਾਬਾਂ ਦੇ ਬਾਵਜੂਦ ਵੀ ਉਹਨਾਂ ਦੀ ਤਸੱਲੀ ਨਹੀਂ ਹੁੰਦੀ ਹੈਗੀ
ਸੋ ਉਹ ਕਹਿੰਦੇ ਕਿ ਆਪਣੇ ਹੀ ਮੁਲਕ ਦੀ ਸਰਕਾਰ ਦੇ ਵੱਲੋਂ ਆਖਰ ਇਦਾਂ ਦੀ ਕੋਈ ਵਜ੍ਹਾ ਤੇ ਬਣੀ ਹੋਊਗੀ ਕਹਿੰਦੇ ਸਿੱਖ ਕੌਮ ਦੇ ਜਿਹੜੇ ਉਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਭਈ ਹੋ ਸਕਦਾ ਉਹਨਾਂ ਵਿੱਚ ਕੋਈ ਘਾਟਾ ਰਹੀਆਂ ਹੋਣ ਜਿਹਦੇ ਕਰਕੇ ਸਰਕਾਰ ਨੂੰ ਐਡਾ ਵੱਡਾ ਕਦਮ ਚੁੱਕਣਾ ਪਿਆ ਵਰਨਾ 85% ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਦੇ ਧਰਮ ਸਥਾਨ ਦੇ ਉੱਪਰ ਭਾਰਤ ਦੀ ਫੌਜ ਹਮਲਾ ਕਿਉਂ ਕਰਦੀ ਕੀ ਜਵਾਬ ਦੇਣਾ ਚਾਹੋਗੇ ਐਸੇ ਲੋਕਾਂ ਨੂੰ ਜਿਹਨਾਂ ਦੇ ਦਿਮਾਗ 'ਚ ਇੱਦਾਂ ਦੇ ਸਵਾਲ ਪੈਦਾ ਹੁੰਦੇ ਆ हाँ जी असं असल वेखिए कि जी ताकत जी सोच 1947 तो बाद भारत के उत्ते राज करना जिन्हें शुरू किया अज तक जी कर रही है बेशक पहरावा उन्हों का कांग्रेस वाला हो बीजेपी वाला हो कोई होर हो सोच एक उ जी 1947 तो लैके हूं तक जी हिंदुस्तान के उत्ते राज करती आ रही है जी। लड़ाई जड़ी है असल विच ये संत जरनैल सिंह जां इंदिरा गांधी की लड़ाई नहीं है जी। एक विचारधारा की लड़ाई है जी। एक पासे वो विचारधारा जिसनों अपनी विप्रवादी विचारधारा कह दें जिहड़ी ऐलानिया कहती है कि ब्राह्मण तो बिना होर कोई मनुख जिहड़ा वह मनुख मन्ने जाण दा हकदार नहीं भाव इहदा यह है कि जिहड़ा ब्राह्मणा दे परिवार विच नहीं जमिया वो मनुखा जन्म दे विच आके भी मनुख मन्ने जाण दा हकदार नहीं जी। ते दूजे पासे संत जरनैल सिंह जी खालसा ये जिहड़ी उत्तर वाली विचारधारा जिहड़ी है ना मनुख मन्निया नहीं जा सकदा इंदिरा गांधी जिहड़ी आ उस विचारधारा दी नुमाइंदगी करदी है दूजे पासे संत जरनैल सिंह खालसा पिंडरां वाले वो उस विचार कर रहे विचारधारा कहती है मानव की जात सब एक दुख की जात जी कराती है तुम जात पात मनुख न सकते दो विचारधाराओं की 1984 जे ब्राह्मण की सरदारी जी मानते टक्कर उस टाइम तो चल रही थी ये टक्कर जी जिस रूप 1984 हुई ये टक्कर होनी ही थी टक्कर हुई ते जिहड़ा कि अपनी जिन्नी फितरत जिहड़ी आ ब्राह्मणवाद ने हिंदूवाद ने विखाउणी सी वह खुल के विखा दित्ती ते उस तों बाद जिहड़ा असीं समझदे वड्डी गिणती दे विच जिहड़ा सिख जिहड़े कि हिंदू सिख एकता की सांझ जां हिंदू सिख का नौ मास का रिश्ता इदां दीआं गल्लां जिहड़ियां करदे सी वड्डे वड्डे जिहड़े आ कि कुलीन वर्ग जिहनूं कहिंदे आ अमीर सिख जिहड़े सीगे ਜਿਹੜੇ ਕਿ ਅਮਨ ਸ਼ਾਂਤੀ ਦੀਆਂ ਜੀ ਜੀ ਸਰਦਾਰ ਬਲਜੀਤ ਸਿੰਘ ਜੀ ਖਾਲਸਾ ਸਾਡੇ ਨਾਲ ਜੁੜੇ ਹੋਏ ਨੇ ਆਪਾਂ ਇਸ ਵਿਸ਼ੇ ਉੱਪਰ ਗੱਲਬਾਤ ਕਰ ਰਹੇ ਹਾਂ ਵੀ ਘੱਲੂਘਾਰਾ ਜੂਨ 1984 ਉਹ ਜਿਹੜਾ ਸੰਤਾਪ ਸਿੱਖ ਕੌਮ ਨੇ ਆਪਣੇ ਪਿੰਡੇ ਦੇ ਉੱਪਰ ਹੰਡਾਇਆ ਉਸ ਉਹਨਾਂ ਦੇ ਲੜੀਵਾਰ ਪ੍ਰੋਗਰਾਮ ਚੱਲ ਰਹੇ ਹੈਗੇ ਨੇ ਕਿਉਂਕਿ ਜੂਨ ਮਹੀਨੇ ਦਾ ਪਹਿਲਾ ਹਫ਼ਤਾ ਚੱਲ ਰਿਹਾ ਹੈਗਾ ਸੋ ਇਹਨਾਂ ਦਿਨਾਂ ਦੇ ਵਿੱਚ ਖਾਸ ਪ੍ਰੋਗਰਾਮ ਕਿਉਂਕਿ ਬਹੁਤ ਸਾਰੇ ਸਵਾਲ ਇਦਾਂ ਦੇ ਹੈਗੇ ਨੇ ਜਿਹੜੇ ਸਾਡੇ ਮਨਾਂ ਵਿੱਚ ਕੋਰੋਨਾ ਵਾਇਰਸ ਜਾਂ ਕੋਵਿਡ-19 ਨਾਲ ਅੱਜ ਸਾਰਾ ਦੇਸ਼ ਲੜ ਰਿਹਾ ਹੈ ਪਰ ਚੇਤੇ ਰੱਖੋ ਸਾਨੂੰ ਖਾਲਸਾ ਜੀ ਖਾਲਸਾ ਜੀ ਸਾਡੇ ਨਾਲ ਦੁਬਾਰਾ ਜੀ ਖਾਲਸਾ ਜੀ ਤੁਹਾਡੀ ਕਾਲ ਕੱਟ ਗਈ ਸੀਗੀ ਸੋ ਆਪਾਂ ਦੁਬਾਰਾ ਜੁੜੇ ਹੈਗੇ ਹਾਂ ਤੁਸੀਂ ਗੱਲ ਕਰ ਰਹੇ ਸੀਗੇ ਵਿਚਾਰਧਾਰਾ ਦੀ ਕਿ ਇਹ ਇੰਦਰਾ ਗਾਂਧੀ ਜਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਲੜਾਈ ਨਹੀਂ ਸੀਗੀ ਇੱਕ ਵਿਚਾਰਧਾਰਾ ਦੀ ਲੜਾਈ ਹੈਗੀ ਆ ਜਿਹੜੀ ਕਿ ਉੱਭਰ ਕੇ ਫਿਰ ਇੱਕ ਵਾਰ ਸਾਹਮਣੇ ਆਈ ਜੀ ਹਾਂਜੀ ਹਾਂਜੀ ਅੱਛਾ ਜਿੱਥੋਂ ਉਹ ਸੀਗਾ ਗੱਲ ਵਿਚਾਰਧਾਰਾ ਦੀ ਚੱਲ ਰਹੀ ਸੀਗੀ ਜੀ ਜੀ जी खालसा जी क्योंकि सवाल काफ़ी ज़्यादा है गया। एक मैं तो को भी जानना चाहता है कि ठीक है जी लड़ाई हैगी संत जरनैल सिंह भिंडरा वाले ज इंदिरा गांधी की नहीं सी पर एक गल होर प्रचारी जाती हैगी आम ही किताबों के बहुत सारे सज्जन लिखते हैं हरेक साल रसाले छपते अखबार छपदिया ने उत्थे जिक्र आता है कि उस वेले की कांग्रेस पार्टी ने यह सारा कुछ किया कांग्रेस का जिक्र आता भी कांग्रेस ने सारा कुछ किया बीजेपी या अकाली शायद अपने आप को इतों मुक्त कर लेंगे है कांग्रेस का नाम लैके क्योंकि उस वेले इंदिरा गांधी कांग्रेस पार्टी वालों देश की प्रधानमंत्री सी किवें देखते हो कि कल्ली कांग्रेस पार्टी जिम्मेवार है बाकी पार्टियां बाकी धिरां उन्हां दा की रोल रहा
ਵੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਜਿਹੜੀ ਵਿਚਾਰਧਾਰਾ 1947 ਤੋਂ ਲੈ ਕੇ ਹੁਣ ਤੱਕ ਰਾਜ ਕਰਦੀ ਆ ਰਹੀ ਆ ਜੀ, ਉਹ ਸਾਰੇ ਹੀ ਉਸ ਵਿਚਾਰਧਾਰਾ ਦੀ ਪ੍ਰਤੀਨਿਧਤਾ ਕਰਦੇ ਆ ਜਿਹੜੇ ਕਿ ਮਨੋਵਾਦੀ ਵਿਚਾਰਧਾਰਾ ਜਿਹੜੀ ਆ ਉਹ ਭਾਵੇਂ ਕਾਂਗਰਸ ਵਾਲੇ ਹੋਣ ਜਾਂ ਬੀਜੇਪੀ ਵਾਲੇ ਹੋਣ ਜਾਂ ਦੂਜੇ ਜਿਹੜੀਆਂ ਕਿ ਰਲੀਆਂ ਮਿਲੀਆਂ ਕਈ ਵੀ ਸਰਕਾਰਾਂ ਜਿਹੜੀਆਂ ਕਿ ਵਿੱਚੋਂ ਕਾਫੀ ਸਮਾਂ ਉਹਨਾਂ ਨੇ ਹਿੰਦੁਸਤਾਨ ਦੇ ਉੱਤੇ ਰਾਜ ਕੀਤਾ ਜੀ, ਉਹ ਸਾਰਿਆਂ ਦੀ ਮਾਂ ਵਿਚਾਰਧਾਰਾ ਜਿਹੜੀ ਉਹ ਹੋਈ ਆ ਜੀ, ਤੇ ਬੀਜੇਪੀ ਵਾਲੇ ਕਿਸੇ ਵੀ ਤਰੀਕੇ ਜਿਹੜਾ ਕਿ ਇਸ ਹਮਲੇ ਤੋਂ ਭੱਜ ਨਹੀਂ ਸਕਦੇ, ਉਹ ਤੇ ਲਗਾਤਾਰ ਜਿਹੜਾ ਕਿ ਮੁਜ਼ਾਹਰੇ ਕਰ ਕਰਕੇ ਜਿਹੜਾ ਕਿ ਕਹਿ ਰਹੇ ਸੀਗੇ ਕਿ ਇਹ ਹਮਲਾ ਜਿਹੜਾ ਕਿ ਫੌਜ ਛੇਤੀ ਤੋਂ ਛੇਤੀ ਜਿਹੜੀ ਆ ਹਮਲਾ ਕਰਨ ਲਈ ਦਰਬਾਰ ਸਾਹਿਬ ਦੇ ਉੱਤੇ ਭੇਜੀ ਜਾਵੇ ਜੀ, ਇਹਦੀਆਂ ਜਿਹੜੀਆਂ ਕਿ ਤਸਵੀਰਾਂ ਇਹਨਾਂ ਦਾ ਬੀਜੇਪੀ ਦਾ ਵੱਡਾ ਲੀਡਰ ਜਿਹੜਾ ਐਲ ਕੇ ਅਡਵਾਨੀ ਉਹਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਇਹ ਜਿਹੜਾ ਹਮਲਾ ਜਿਹੜਾ ਅਸੀਂ ਕਹਿ ਕੇ ਕਰਵਾਇਆ, ਅਸੀਂ ਜ਼ੋਰ ਪਾ ਕੇ ਜਿਹੜਾ ਕਿ ਇੰਦਰਾ ਗਾਂਧੀ ਦੇ ਉੱਤੇ ਕਰਵਾਇਆ ਉਹ ਤੇ ਕਰਨਾ ਨਹੀਂ ਸੀ ਚਾਹੁੰਦੀ, ਤੇ ਇਸ ਤਰ੍ਹਾਂ ਜਿਹੜਾ ਕਿ ਕੋਈ ਵੀ ਜਿਹੜੀ ਆ ਪਾਰਟੀ ਉਹ ਇਸ ਹਮਲੇ ਤੋਂ ਮੁਨਕਰ ਨਹੀਂ ਹੋ ਸਕਦੀ। ਇਹ ਹਮਲੀ ਇਹ ਹਮਲਾ ਅਸਲ ਵਿੱਚ ਇੱਕ ਦੋ ਵਿਚਾਰਧਾਰਾਵਾਂ ਦੀ ਜਿਹੜੀ ਲੜਾਈ ਆ, ਹਿੰਦ ਪੰਜਾਬ ਦੀ ਲੜਾਈ ਆ, ਤੇ ਇਹ ਇੱਕ ਸਪਸ਼ਟ ਲਕੀਰ ਜਿਹੜੀ ਆ ਉਹ ਖਿੱਚ ਦਿੱਤੀ ਗਈ ਸੀਗੀ ਇਸ ਲੜਾਈ ਦੇ ਨਾਲ, ਉਹ ਹਿੰਦੂ ਤੇ ਸਿੱਖਾਂ ਦੇ ਵਿਚਕਾਰ, ਹਿੰਦੁਸਤਾਨ ਤੇ ਪੰਜਾਬ ਦੇ ਵਿਚਕਾਰ, ਤੇ ਇਹ ਲਕੀਰ ਇੰਨੀ ਗੂੜੀ ਆ ਕਿ ਕੋਈ ਵੀ ਇਹਨੂੰ ਕਿਸੇ ਵੀ ਤਰੀਕੇ ਮਿਟਾਇਆ ਨਹੀਂ ਜਾ ਸਕਦਾ। ਇਹ ਇੱਕ ਅਟਲ ਆ ਤੇ ਇਹ ਲਕੀਰ ਜਿਹੜੀ ਆ ਇਹ ਦੋ ਮੁਲਕਾਂ ਦੀ ਜਿਹੜੀ ਆ ਕਿ ਸਰਹੱਦ ਇਸੇ ਲਕੀਰ ਦੇ ਆਧਾਰ ਤੇ ਬਣਨੀ ਜਿਹੜੀ ਆ ਇਤਿਹਾਸ ਦੇ ਵਿੱਚ ਉਹ ਤੈਅ ਆ ਜੀ। ਖਾਲਸਾ ਜੀ, ਇੱਕ ਸਵਾਲ ਹੋਰ ਸਾਡੇ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਆਉਂਦਾ ਹੈਗਾ, ਮੈਂ ਤੁਹਾਡੇ ਸਾਹਮਣੇ ਵੀ ਰੱਖ ਦਿੰਦਾ। ਆਮ ਲੋਕਾਂ ਦੇ ਸਵਾਲ ਹੈਗੇ ਨੇ, ਉਹ ਕਹਿੰਦੇ ਕਿ ਦਰਬਾਰ ਸਾਹਿਬ ਹਰੇਕ ਧਰਮ ਦੇ ਲੋਕ ਉੱਥੇ ਜਾਂਦੇ ਹੈਗੇ ਆ, ਚਾਰ ਦਰਵਾਜ਼ੇ ਨੇ, ਚਾਰੋਂ ਵਰਨਾਂ ਦੇ ਲੋਕ, ਚਾਰੋਂ ਧਰਮਾਂ ਦੇ ਲੋਕ ਉੱਥੇ ਜਾ ਸਕਦੇ ਹੈਗੇ ਆ, ਜਾਂਦੇ ਨੇ, ਸਿਜਦਾ ਕਰਦੇ ਨੇ, ਪਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਮੈਂ ਤਾਂ ਸਤਿਕਾਰ ਦੇ ਨਾਲ ਲਫ਼ਜ਼ ਬੋਲਿਆ ਹੈਗਾ, ਪਰ ਉਹ ਲੋਕ ਸਤਿਕਾਰ ਦੇ ਨਾਲ ਲਫ਼ਜ਼ ਨਹੀਂ ਬੋਲਦੇ ਹੈਗੇ ਸੰਤਾਂ ਦਾ। ਉਹ ਕਹਿੰਦੇ ਕਿ ਜੇ ਉਹ ਉੱਥੇ ਨਾ ਹੁੰਦੇ, ਜੇ ਉਹ ਉਹਨਾਂ ਦੀ ਬਦੌਲਤ ਕਹਿੰਦੇ ਅਕਾਲ ਤਖ਼ਤ ਸਾਹਿਬ ਦਰਬਾਰ ਸਾਹਿਬ ਦੀ ਪਰਿਕਰਮਾ ਜੰਗ ਦਾ ਮੈਦਾਨ ਬਣ ਗਈ, ਉਹ ਕਹਿੰਦੇ ਵੀ ਜੇ ਸੰਤ ਉੱਥੇ ਨਾ ਹੁੰਦੇ ਤਾਂ ਇਹ ਸਾਰਾ ਕੁਛ ਨਾ ਵਾਪਰਦਾ, ਇੰਨੀ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਜੋ ਘਾਣ ਹੋਇਆ, ਫੌਜੀਆਂ ਦਾ ਘਾਣ ਜਿਹੜਾ ਹੋਇਆ, ਉਹ ਨਹੀਂ ਸੀ ਹੋਣਾ। ਕੀ ਕਹਿਣਾ ਚਾਹੁੰਦੇ ਹੋ? ਪਹਿਲੀ ਗੱਲ ਤੇ ਇਹ ਹੈ ਕਿ ਸੰਤ ਜਰਨੈਲ ਸਿੰਘ ਹੋਰਾਂ ਨੇ ਕਦੀ ਵੀ ਕਿਸੇ ਵੀ ਧਰਮ, ਕਿਸੇ ਵੀ ਵਰਨ ਦੇ ਲੋਕ ਦੇ ਦਰਬਾਰ ਸਾਹਿਬ ਦੇ ਅੰਦਰ ਆਉਣ ਤੇ ਦਰਸ਼ਨ ਕਰਨ ਤੇ ਕਦੀ ਵੀ ਕੋਈ ਇਤਰਾਜ਼ ਨਹੀਂ ਸੀ ਕੀਤਾ ਜੀ। ਬੜੀ ਵੱਡੀ ਗਿਣਤੀ ਦੇ ਵਿੱਚ ਇੱਦਾਂ ਦੇ ਹਿੰਦੂ ਵੀਰਾਂ ਦੀਆਂ ਗਵਾਹੀਆਂ ਜਿਹੜੀਆਂ ਮੌਜੂਦ ਨੇ, ਅੱਜ ਵੀ ਉਹ ਜਿਉਂਦੇ ਨੇ, ਕਿ ਜਿਨ੍ਹਾਂ ਨੂੰ ਭਾਰਤ ਦੀ ਕਿਸੇ ਅਦਾਲਤ ਵਿੱਚੋਂ, ਭਾਰਤ ਦੇ ਕਿਸੇ ਥਾਣੇ ਦੇ ਵਿੱਚੋਂ ਇਨਸਾਫ਼ ਨਹੀਂ ਮਿਲਿਆ, ਤੇ ਉਹਨੂੰ ਇਨਸਾਫ਼ ਜਿਹੜਾ ਕਿ ਸੰਤ ਜਰਨੈਲ ਸਿੰਘ ਦੇ ਕੋਲ ਜਾ ਕੇ ਮਿਲਿਆ। ਜਦੋਂ ਸੰਤ ਜਰਨੈਲ ਸਿੰਘ ਕਈ ਇੱਦਾਂ ਦੇ ਹਿੰਦੂ ਜਿਹੜੇ ਨੇ ਕਿ ਜਿਨ੍ਹਾਂ ਦੀਆਂ ਕੁੜੀਆਂ ਅਗਵਾ ਕਰ ਲਈਆਂ ਗਈਆਂ ਸੀਗੀਆਂ, ਉਹਨਾਂ ਦੀ ਕਿਸੇ ਥਾਣੇ ਦੇ ਵਿੱਚ, ਕਿਸੇ ਕਚਹਿਰੀ ਦੇ ਵਿੱਚ, ਕਿਸੇ ਸਰਕਾਰੀ ਦਰਬਾਰੇ ਕੋਈ ਫਰਿਆਦ ਨਹੀਂ ਸੁਣੀ ਗਈ। ਅਖੀਰ ਹਾਰ ਕੇ ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਕੋਲ ਪਹੁੰਚੇ, ਤੇ ਉਹਨਾਂ ਨੂੰ ਇਨਸਾਫ਼ ਜਿਹੜਾ ਲਗਾਤਾਰ ਕਈ ਦਿਨਾਂ ਤੱਕ ਨਹੀਂ ਸੀ ਕਿਤੋਂ ਹਾਸਲ ਹੋਇਆ, ਉਹ ਸਿਰਫ਼ ਕੁਛ ਮਿੰਟਾਂ ਦੇ ਵਿੱਚ ਹੀ ਸੰਤਾਂ ਨੇ ਉਹਨਾਂ ਨੂੰ ਇਨਸਾਫ਼ ਲੈ ਕੇ ਦਿੱਤਾ। ਉਹ ਗਵਾਹ ਤੇ ਇਤਿਹਾਸ ਬਣ ਚੁੱਕੀਆਂ ਨੇ ਕਈ ਕਿਤਾਬਾਂ ਦੇ ਵਿੱਚ, ਉਹ ਘਟਨਾਵਾਂ, ਉਹ ਗਵਾਹੀਆਂ ਜਿਹੜੀਆਂ ਉਹ ਦਰਜ ਨੇ। ਇਸ ਕਰਕੇ ਇਹ ਜਿਹੜਾ ਕਿ ਇਹ ਕਿਸੇ ਵੀ ਤਰ੍ਹਾਂ ਕਹਿਣਾ ਜਾਇਜ਼ ਨਹੀਂ ਹੈ ਕਿ ਸੰਤ ਜਰਨੈਲ ਸਿੰਘ ਜੀ ਕਰਕੇ ਜਿਹੜਾ ਕਿ ਹੋਰ ਕਿਸੇ ਧਰਮ ਜਾਂ ਕਿਸੇ ਵਰਨ ਦੇ ਲੋਕ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੇ ਉੱਤੇ ਜਿਹੜੀ ਆ ਕਿ ਕੋਈ ਪਾਬੰਦੀ ਲੱਗੀ ਸੀ ਜੀ। ਤੇ ਪਰ ਉਹ ਜਿਹੜਾ ਜੀ, ਉਹ ਕਹਿੰਦੇ ਸੰਤ ਉੱਥੇ ਨਾ ਹੁੰਦੇ ਤਾਂ ਇਹ ਸਾਰਾ ਕੁਛ ਨਾ ਵਾਪਰਦਾ, ਵੀ ਭਾਰਤ ਹਕੂਮਤ ਨੇ ਸੰਤਾਂ ਨੂੰ ਫੜਨਾ ਸੀਗਾ ਜਾਂ ਮਾਰਨਾ ਸੀਗਾ, ਭਈ ਉਹਨਾਂ ਦੀ ਬਦੌਲਤ ਉੱਥੇ ਲੁੱਕ ਗਏ। ਲੁੱਕ ਗਏ ਲਫ਼ਜ਼ ਵੀ ਕਈ ਲੋਕ ਬੋਲ ਦਿੰਦੇ ਆ, ਵੀ ਜੇ ਉੱਥੇ ਨਾ ਲੁੱਕਦੇ, ਮੰਜੀ ਸਾਹਿਬ ਨਾ ਜਾਂਦੇ, ਅਕਾਲ ਤਖ਼ਤ ਸਾਹਿਬ 'ਤੇ ਨਾ ਜਾਂਦੇ, ਤਾਂ ਇਹ ਸਾਰਾ ਕੁਛ ਨਾ ਵਾਪਰਦਾ। ਨਹੀਂ, ਗੱਲ ਅਸਲ ਵਿੱਚ ਇਹ ਆ ਕਿ ਜਦੋਂ ਅਸੀਂ ਕਿਰਦਾਰ ਵੇਖਦੇ ਹਾਂ, ਜਿਹੜੀ ਗੱਲ ਆਪਾਂ ਹੁਣੇ ਕੀਤੀ ਆ ਜੀ, ਕਿ ਜਿਹਨਾਂ ਲੋਕਾਂ ਨੂੰ ਕਿਤੇ ਵੀ ਇਨਸਾਫ਼ ਨਹੀਂ ਮਿਲਿਆ ਹਿੰਦੁਸਤਾਨ ਦੇ ਵਿੱਚੋਂ, ਇੰਨਾ ਵੱਡਾ ਇੱਕ ਸਿਸਟਮ, ਜੁਡੀਸ਼ਰੀ ਆ, ਪੁਲਿਸ ਆ, ਤੇ ਜਿਹੜੀ ਆ ਹੋਰ ਹਾਕਮ ਪ੍ਰਣਾਲੀ ਆ, ਕਿ ਕਈ ਜਿਹੜੇ ਮਜ਼ਲੂਮ ਨੇ ਉਹਨਾਂ ਨੂੰ ਕਿਤੇ ਵੀ ਜਦੋਂ ਇਨਸਾਫ਼ ਨਹੀਂ ਸੀ ਮਿਲਦਾ, ਉਹ ਇਨਸਾਫ਼ ਸੰਤ ਜਰਨੈਲ ਸਿੰਘ ਕੋਲ ਜਦੋਂ ਜਾਂਦੇ ਸੀ ਇਨਸਾਫ਼ ਮਿਲ ਜਾਂਦਾ ਸੀ ਜੀ। ਤੇ ਕਈ ਅਖ਼ਬਾਰਾਂ ਨੇ ਜਿਹੜਾ ਲਿਖਿਆ ਕਿ ਅਸਲ ਵਿੱਚ ਤਕਲੀਫ਼ ਜਿਹੜੀ ਆ ਹਿੰਦੁਸਤਾਨ ਦੇ ਸਿਸਟਮ ਨੂੰ ਤੇ ਹਕੂਮਤ ਨੂੰ ਇਹ ਸੀ ਕਿ ਪੰਜਾਬ ਦੇ ਵਿੱਚ ਦੋ ਸਰਕਾਰਾਂ ਚੱਲਣ ਲੱਗ ਪਈਆਂ ਸੀ। ਇੱਕ ਸਰਕਾਰ ਚੰਡੀਗੜ੍ਹ ਦੇ ਵਿੱਚ ਚੱਲਦੀ ਸੀ ਤੇ ਇੱਕ ਜਿਹੜੀ ਆ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਚੱਲਦੀ ਸੀ। ਤੇ ਇਸ ਗੱਲ ਦੇ ਵਿੱਚ ਤੇ ਭੁਲੇਖਾ ਹੀ ਕੋਈ ਨਹੀਂ ਕਿ ਜੇ ਲੋਕਾਂ ਨੂੰ ਇਨਸਾਫ਼ ਮਿਲਦਾ ਸੀ ਤੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮਿਲਦੀ ਸੀ, ਚੰਡੀਗੜ੍ਹ ਦੇ ਵਿੱਚੋਂ ਇਨਸਾਫ਼ ਨਹੀਂ ਸੀ ਮਿਲਦਾ, ਉੱਥੋਂ ਬੇਇਨਸਾਫ਼ੀ ਹੀ ਉਹਨਾਂ ਦੇ ਪੱਲੇ ਪੈਂਦੀ ਸੀ। ਤੇ ਲੜਾਈ ਅਸਲ ਵਿੱਚ ਇਹ ਸੀ
कि जिस तरीके दे नाल संत जरनैल सिंह जी खालसा लोगों के आम लोगों के मजलूमों के हरमन प्यारे होंगे जा रहे हैं उहदे नाल जिहड़ी आ कि हिंदुस्तानी स्टेट की वुकत जिहड़ी आ आम लोगों के घटती जा रही है ते इस करके वह चाहते सी कि जिनी भी छेती तो छेती हो सके संत जरनैल सिंह नाम की इस शख्सियत का इस धरती के उत्तों नामों निशान मिटा दिता जाए ताकि उन्हां दी बुरशागर्दी नूं चैलेंज करन वाली कोई ताकत जिहड़ी आ उह हिंदुस्तान दे विच ना रहे इस करके जिहड़ा कि श्री दरबार साहब दे उत्ते हमला किया गया ते निशाना जिहड़ा उह इह सीगा कि संत जरनैल सिंह ते उहनां दे साथियां नूं कतल करना जी खालसा जी एक मैं तुहाडे को होर जे जानकारी होवे तां क्योंकि मैनूं इह पता लगा हैगा सारे लोग जाणदे ने बहुत सारे लोग जाणदे ने कि उस वेले भारतीय मीडिया भी भारतीय मीडिया तों इलावा वख-वख मुल्कां तों भी शायद मीडिया उत्थे आउंदा रहा पत्रकार आउंदे रहे उत्थे और संत भिंडरां वाले उहनां नूं मुखातिब भी हुंदे रहे उहनां दे सवालां दे जवाब भी दिंदे रहे कोई है तुहाडे को जानकारी भई उह किदां दे सवाल करदे सीगे जां कोई तुहाडे को इदां दी जानकारी होवे भई संत जदों उहनां नूं जवाब दिंदे सीगे तां उह निर उत्तर हो के जांदे रहे हाँ जी बिल्कुल कई जिहड़े इस तरह के सवाल जिहड़े आ ते जिहदे विच इह कहा जांदा सी कि हथियार रखण दे नाल जिहड़ा कि अमन कानून नूं खतरा पैदा हो जांदा जी जी ते संत जरनैल सिंह होरी जवाब दिंदे सी कि जिहड़े बार्डरां दे उत्ते जां जिहड़े सरकारी पुलिस जिहड़ी आ इहनां दे हत्थां दे विच जिहड़े हथियार फड़ाए आ इह अमन कानून नूं भंग करन वास्ते फड़ाए आ कि इहनूं कायम रखण दे लई जी ਤੇ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਹੁੰਦਾ ਉਹ ਕਹਿੰਦੇ ਸੀ ਕਿ ਹਾਂ ਇਹ ਅਮਨ ਕਾਇਮ ਕਰਨ ਦੇ ਲਈ ਹੈ ਜੀ ਤੇ ਫਿਰ ਉਹ ਜਵਾਬ ਦਿੰਦੇ ਸੀਗੇ ਕਿ ਜਿਹੜੇ ਸਾਨੂੰ ਹਥਿਆਰ ਜਿਹੜੇ ਆ ਇਹ ਸਾਡੇ ਗੁਰੂ ਪਾਤਸ਼ਾਹ ਨੇ ਫੜਾਏ ਹੋਏ ਆ ਜੀ ਇਹਦਾ ਮਕਸਦ ਜਿਹੜਾ ਉਹਨਾਂ ਨੇ ਉਹ ਦੱਸਿਆ ਹੋਇਆ ਕਿ ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਪੱਖਿਆ ਇਹਦੇ ਨਾਲ ਅਸੀਂ ਮਜ਼ਲੂਮ ਦੀ ਰਾਖੀ ਕਰਨੀ ਆ ਤੇ ਜ਼ਾਲਮ ਦੀ ਸੁਧਾਈ ਕਰਨੀ ਆ ਤੇ ਇਹ ਕੀ ਹੁੰਦਾ ਵੀ ਰਿਹਾ ਇਹਦੀਆਂ ਜੇ ਸਿੱਖਾਂ ਦੀਆਂ ਗਵਾਹੀਆਂ ਦੇ ਉੱਤੇ ਆਪਾਂ ਵਾਰ ਵਾਰ ਇਹ ਗੱਲ ਕਰਦੇ ਹਾਂ ਕਿ ਸਿੱਖਾਂ ਦੀਆਂ ਗਵਾਹੀਆਂ ਦੇ ਉੱਤੇ ਜੇ ਯਕੀਨ ਨਹੀਂ ਤੇ ਕਈ ਉਹ ਹਿੰਦੂ ਵੀਰ ਗਵਾਹੀਆਂ ਦੇਣ ਦੇ ਲਈ ਤਿਆਰ ਨੇ ਜਿਨ੍ਹਾਂ ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਤੇ ਉਹਨਾਂ ਦੇ ਸਾਥੀਆਂ ਦੇ ਹੱਥਾਂ ਦੇ ਵਿੱਚ ਜਿਹੜੇ ਫੜੇ ਹੋਏ ਸ਼ਸਤਰ ਸੀ ਉਹਨਾਂ ਨੇ ਉਦੋਂ ਇਨਸਾਫ਼ ਦਵਾਇਆ ਜਦੋਂ ਬਾਕੀ ਭਾਰਤੀ ਸਟੇਟ ਜਿਹੜੀ ਆ ਉਹਨਾਂ ਨੂੰ ਇਨਸਾਫ਼ ਦਵਾਉਣ ਦੇ ਵਿੱਚ ਫੇਲ ਹੋ ਗਏ ਤੇ ਇਸ ਕਰਕੇ ਜਿਹੜਾ ਕਿ ਸੰਤ ਜਰਨੈਲ ਸਿੰਘ ਹੋਰਾਂ ਦਾ ਉੱਥੇ ਮੌਜੂਦ ਹੋਣਾ ਉਹ ਆਮ ਕਿਸੇ ਮਜ਼ਲੂਮ ਲਈ ਕਿਸੇ ਜਨਤਾ ਦੇ ਲਈ ਜਿਹੜਾ ਕਿ ਉਹ ਗਲਤ ਨਹੀਂ ਸੀ ਸਿਰਫ ਭਾਰਤੀ ਸਟੇਟ ਨੂੰ ਆਪਣੀ ਪਾਵਰ ਦੇ ਲਈ ਆਪਣੀ ਜਿਹੜੀ ਆ ਪ੍ਰਭੂ ਸੱਤਾ ਦੇ ਲਈ ਇੱਕ ਚੈਲੰਜ ਲੱਗ ਰਿਹਾ ਸੀਗਾ ਸੰਤ ਜਰਨੈਲ ਸਿੰਘ ਇਸ ਕਰਕੇ ਜਿਹੜਾ ਕਿ ਉਹ ਤਾਕਤ ਜਿਹੜੀ ਆ ਉਹ ਉਹਨਾਂ ਨੂੰ ਚੁੱਭ ਰਹੀ ਸੀ ਇਹਦੇ ਲਈ ਉਹਨਾਂ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ खालसा जी सिख रवायतों के मुताबिक क्योंकि सारे सवाल कुछ सवाल मेरे अपने ने कुछ सवाल आम लोगों के ने कुछ सवाल सिख चेहरे मूहरे जिमें मैं शुरू च आख्या सगा सिख चेहरे मूहरे वाले नज़र आते इंसानों के कुछ सवाल है उन्होंने एक सवाल होर आ दरबार साहब की हदूद के अंदर AK-47 या होर अत आधुनिक असला लैके सिंघा वालों परिक्रमा करनिया कि वाजब आ सिख रवायतों के मुताबिक हाँ ये जिहड़े असल विच इस तरह के सवाल जिहड़े ने ना तुसीं दस्सिया कि लोग करदे आ जी ये वो लोग करदे आ जिन्हां नूं सिख धर्म के बारे सिख रवायतों के बारे कोई भी जिहड़ी 1% भी जानकारी नहीं है पर उहनां दे दुआले वड्डी गिणती च आम आम हाँ जी आम ये कह दिता जांदा कि किसी धर्म स्थान के हथियार जिहड़े आ उह नहीं रखे जाने चाहिए धर्म स्थान की पवित्रता जिहड़ी आ भंग हो जाती है ਇਹ ਜਿਹੜੀ ਵਿਚਾਰਧਾਰਾ ਇਹ ਹਿੰਦੂ ਮੰਦਰਾਂ ਦੇ ਲਈ ਤੇ ਠੀਕ ਹੋ ਸਕਦੀ ਆ ਕਿ ਜਿੱਥੇ ਕੋਈ ਮਹਿਮੂਦ ਗਜਨਵੀ ਆ ਕੇ ਹਮਲਾ ਕਰ ਦੇਵੇ ਤੇ ਉਹਦਾ ਮੁਕਾਬਲਾ ਕਰਨ ਦੇ ਲਈ ਕੋਈ ਤਲਵਾਰ ਨਹੀਂ ਉੱਠਦੀ ਤੇ ਉਹ ਜਿਹੜਾ ਬੇਖੌਫ ਹੋ ਕੇ ਮੰਦਰਾਂ ਦੀ ਭੰਨ ਤੋੜ ਵੀ ਕਰਦਾ ਤੇ ਉੱਥੋਂ ਸੋਨਾ ਤੇ ਪੇਸ਼ ਵਿੱਚ ਲੁੱਟ ਕੇ ਲੈ ਜਾਂਦਾ ਪਰ ਸਿੱਖ ਧਰਮ ਦੇ ਉੱਤੇ ਜਿਹੜੀ ਆ ਕਿ ਇਹ ਦਲੀਲ ਜਿਹੜੀ ਆ ਲਾਗੂ ਨਹੀਂ ਹੁੰਦੀ ਸਿੱਖ ਲਈ ਪਵਿੱਤਰਤਾ ਕੀ ਆ ਪਵਿੱਤਰ ਇਮਾਰਤ ਜਿਹੜੀ ਆ ਗੁਰਦੁਆਰਾ ਵੀ ਇਸ ਕਰਕੇ ਆ ਕਿ ਉਹ ਸਾਡੇ ਗੁਰੂ ਦੇ ਨਾਲ ਸੰਬੰਧਿਤ ਹੈ ਗੁਰੂ ਦੇ ਨਾਲ ਸੰਬੰਧਿਤ ਹੋਣ ਕਰਕੇ ਉਹ ਥਾਂ ਜਿਹੜੀ ਆ ਉਹ ਸਿੱਖ ਲਈ ਪਵਿੱਤਰ ਹੋ ਜਾਂਦੀ ਹੈ ਇਹ ਅਸੀਂ ਪੜ੍ਹਦੇ ਹਾਂ ਜਿੱਥੇ ਜਾਏ ਵਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਉਹ ਥਾਂ ਸਿੱਖਾਂ ਦੇ ਲਈ ਪਵਿੱਤਰ ਆ ਤੇ ਉਹ ਪਵਿੱਤਰ ਜਿਹੜੀ ਆ ਉਹ ਪਵਿੱਤਰ ਥਾਂ ਜਿਹੜੀ ਆ ਉਹ
हथियार रखण दे नूं जिहदे करके उह थां साडे लई पवित्र आ। उह गुरु खुद हथियार रखदा रहा ते उह गुरु साहिब खुद सिखां नूं इह हुकम करदे रहे आ कि मैनूं उसे ही सिख दे उत्ते जिहड़ी इक खुशी हुंदी आ कि जिहड़ा केसा धारी आ ते शस्त्र धारी आ जब हमारे दर्शन को आओ ते उह इस तरीके दे नाल जिहड़े हुकम ने कि जदों वी मेरे दर्शनां नूं आउणा ते हथियार ते घोड़े जिहड़े आ कि वधिया तरीके दे नाल उहनां दे कोल आउणे चाहीदे आ बिना शस्त्र केतन नरंग भेद जाणो गहे खान पा के किटे ले सुधानो। केसां ते शस्त्रां तों बिना जिहड़ा मनुख आ उह भेड दे समान आ ते गुरु साहिब जदों खुद शस्त्र रख के अपवित्र नहीं हुंदे गुरु साहिब खुद धर्म युद्ध लड़के जो अपवित्र नहीं होंगे तो फिर उस गुरु के द्वारे के गुरु के धर्म स्थान के सिख जो हथियार रखते हैं सिख जो धर्म युद्ध लड़ते हैं तो फिर उस गुरु का द्वारा जो कि अपवित्र हो सकता जी, इस करके ये दलील जी दिती जाती है कि सिख रवायतों की जानकारी नहीं जिन्हों लोगों उन्होंने वालों ही वार बार जरा कि यह सवाल उठाया जाता कि यदा अपने आप के इस तरह का कोई आधार ही नहीं है। खालसा जी बड़े लोग इदां दीआं गल्लां भी करदे हैगे आ आम भी हुंदियां ने जदों उह दिन आउंदे हैगे आ सिख ते उस याद नूं मनाउंदे हैगे आ पर जिहड़े सिख विरोधी उह लोग उहनां दिनां विच पोस्टां भी शेयर करदे धड़ाधड़ सोशल मीडिया दे उप्पर उह कहिंदे संत जरनैल सिंह भिंडरां वाले उह कहिंदे कि उह अतवादी सन और दरबार साहिब दी हदूद दे अंदर उहनां ने पूरी तरह कब्जा कर लिया सीगा उहनां दे जिहड़े दुआले दुआले बंदे सीगे बदमाश किस्म दे लोग उह इदां लफ्ज़ बोलदे हैगे आ ਵੀ ਸੰਤ ਭਿੰਡਰਾਂ ਵਾਲੇ ਉਹਨਾਂ ਨੂੰ ਚੱਕਪੱਟ ਕਰਕੇ ਭੇਜਦੇ ਸੀਗੇ ਤੁਸੀਂ ਬਾਹਰ ਹਿੰਦੂਆਂ ਦਾ ਕਤਲ ਕਰਕੇ ਆਓ ਜੇ ਤੁਸੀਂ ਉਹਨਾਂ ਦਾ ਕਤਲ ਕਰਕੇ ਆਓਗੇ ਤਾਂ ਮੈਂ ਤੁਹਾਨੂੰ ਸੰਭਾਲੂੰਗਾ। ਉਹ ਕਹਿੰਦੇ ਕਿ ਉਹਨਾਂ ਨੇ ਬਹੁਤ ਜ਼ਿਆਦਾ ਅੱਤ ਚੱਕ ਲਈ ਸੀਗੀ ਜਿਹਦੇ ਕਰਕੇ ਸਰਕਾਰ ਨੂੰ ਇਹ ਸਾਰਾ ਕੁਝ ਕਰਨਾ ਪਿਆ। ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਹੈਗਾ ਜਦੋਂ ਇੱਕ ਪਾਸੇ ਉਹ ਪ੍ਰਚਾਰ ਹੋ ਰਿਹਾ ਦੂਜੇ ਪਾਸੇ ਜਿਹੜੀ ਤੁਸੀਂ ਗੱਲ ਕਰ ਰਹੇ ਹੈਗੇ ਆ ਜਾਂ ਹੋਰ ਬੜੇ ਸਿੱਖ ਵਿਦਵਾਨ ਜਾਂ ਆਪਾਂ ਵੀ ਆਹ ਪ੍ਰੋਗਰਾਮ ਖਾਸ ਲੜੀ ਚਲਾਈ ਹੋਈ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੇ ਉਸ ਪ੍ਰਚਾਰ ਦੇ ਮੁਕਾਬਲੇ ਤੁਹਾਡਾ ਪ੍ਰਚਾਰ ਇੰਨਾ ਵਧੀਆ ਹੋ ਪਾਇਆ ਹੈਗਾ ਸਿੱਖ ਕੌਮ ਦਾ ਕਿ ਤੁਸੀਂ ਦੁਨੀਆਂ ਨੂੰ ਆਪਣਾ ਪੱਖ ਦੱਸ ਪਾਏ ਆ ਵੀ ਵਾਪਰਿਆ ਕੀ ਸੀ ਉਹਨਾਂ ਦਿਨਾਂ ਵਿੱਚ ਅੱਜ ਅਸੀਂ ਕਿੱਥੇ ਖੜੇ ਆ ਭਾਰਤ ਸਰਕਾਰ ਗਲਤ ਸੀ ਜਾਂ ਅਸੀਂ ਗਲਤ ਸੀਗੇ ਜਾਂ ਅਸੀਂ ਸਹੀ ਹਾਂ ਜਾਂ ਭਾਰਤ ਸਰਕਾਰ ਗਲਤ ਆ ਕੀ ਲੱਗਦਾ ਤੁਹਾਨੂੰ ਕਿ ਤੁਸੀਂ ਕਾਮਯਾਬ ਹੋ ਪਾਏ ਚੰਗੀ ਤਰ੍ਹਾਂ ਪੂਰੀ ਦੁਨੀਆਂ ਦੇ ਵਿੱਚ ਇਹ ਦੱਸਣ ਵਿੱਚ ਕਿ ਉਹ ਹਮਲਾ ਗਲਤ ਸੀ? ਹਾਂ ਜੀ, ਜਿੱਥੋਂ ਤੱਕ ਦੁਨੀਆਂ ਨੂੰ ਇਹ ਦੱਸਣ ਦੀ ਗੱਲ ਆ ਜੀ, ਇਹ ਇੱਕ ਸਿੱਧੀ ਤੇ ਸਪਸ਼ਟ ਗੱਲ ਆ ਕਿ ਜਿਹੜੀਆਂ ਸਥਾਪਿਤ ਹਕੂਮਤਾਂ ਤੇ ਨਿਜ਼ਾਮ ਜਿਹੜਾ ਉਹਦੇ ਕੋਲ ਪ੍ਰਚਾਰ ਕਰਨ ਦੇ ਬਹੁਤ ਵਧੇਰੇ ਜਿਹੜੇ ਆ ਵਸੀਲੇ ਹੁੰਦੇ ਆ ਜੀ, ਤੇ ਜਿਹੜੇ ਇਹਨਾਂ ਲੋਕਾਂ ਨੂੰ ਹਕੂਮਤਾਂ ਅੱਤਵਾਦੀ ਕਹਿੰਦੀਆਂ ਬਾਗੀ ਕਹਿੰਦੀਆਂ ਉਹਨਾਂ ਲੋਕਾਂ ਦੇ ਕੋਲ ਵਸੀਲੇ ਜਿਹੜੇ ਸੀਮਤ ਗਿਣਤੀ ਦੇ ਵਿੱਚ ਹੁੰਦੇ ਆ ਤੇ ਇਹਦੇ ਬਾਵਜੂਦ ਜਿਹੜਾ ਕਿ ਅਸੀਂ ਕਹਿ ਸਕਦੇ ਹਾਂ ਕਿ ਸਿੱਖ ਕੌਮ ਨੇ ਜਿੰਨੀ ਹੋ ਸਕਿਆ ਕਈ ਅਸੀਂ ਹੁਣ ਦੇਖ ਰਹੇ ਹਾਂ ਕਿ ਵੱਖ ਵੱਖ ਦੇਸ਼ਾਂ ਦੇ ਵਿੱਚ ਜਿਹੜੀਆਂ ਕਿ ਕਈ ਇਸ ਤਰ੍ਹਾਂ ਦੀਆਂ ਯਾਦਗਾਰਾਂ ਜਿਹੜੀਆਂ ਕਿ ਕਾਇਮ ਕੀਤੀਆਂ ਗਈਆਂ ਸਿੱਖਾਂ ਦੀ ਨਸਲ ਖੁਸ਼ੀ ਦੇ ਨਾਲ ਸੰਬੰਧਿਤ 1964 ਨਾਲ ਸੰਬੰਧਿਤ ਜਿਹਨਾਂ ਦੇ ਉੱਤੇ ਭਾਰਤੀ ਸਟੇਟ ਨੇ ਉਹਨਾਂ ਮੁਲਕਾਂ ਦੀਆਂ ਸਰਕਾਰਾਂ ਦੇ ਕੋਲ ਇਤਰਾਜ਼ ਵੀ ਪ੍ਰਗਟ ਕੀਤੇ ਆ ਕਿ ਇਹ ਨਹੀਂ ਬਣਗੀਆਂ ਪਰ ਉਹ ਇਤਰਾਜ਼ ਜਿਹੜੇ ਆ ਉੱਥੋਂ ਦੀਆਂ ਸਰਕਾਰਾਂ ਵੱਲੋਂ ਨਹੀਂ ਮੰਨੇ ਗਏ। ਇਹਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਬੇਸ਼ੱਕ ਸਮਾਂ ਲੱਗ ਰਿਹਾ ਪਰ ਹੌਲੀ ਹੌਲੀ ਸਿੱਖ ਕੌਮ ਜਿਹੜੀ ਆ ਉਹ ਆਪਣੀ ਨਸਲ ਕੁਸ਼ੀ ਜਿਹੜੀ ਆ ਆਪਣੀ ਕੌਮ ਦੀ ਹੋਈ ਉਹਦੇ ਬਾਰੇ ਦੁਨੀਆਂ ਨੂੰ ਦੱਸਣ ਦੇ ਵਿੱਚ ਜਿਹੜੀ ਆ ਕਾਮਯਾਬ ਹੋ ਰਹੀ ਆ ਤੇ ਇਹ ਯਤਨ ਜਿਹੜੇ ਆ ਹੋਰ ਵੀ ਵੱਡੇ ਢੰਗ ਤਰੀਕਿਆਂ ਦੇ ਨਾਲ ਹੋਣੇ ਚਾਹੀਦੇ ਆ। ਜਿਹੜਾ ਜਿਹੜਾ ਮੀਡੀਆ ਸਿੱਖਾਂ ਦਾ ਜਿੱਥੇ ਜਿੱਥੇ ਵੀ ਕੰਮ ਕਰ ਰਿਹਾ ਉਹ ਜਿੰਨੇ ਵੀ ਪੰਥ ਦਰਦੀ ਸਿੱਖ ਨੇ ਵੀਰ ਭੈਣ ਨੇ ਉਹਨਾਂ ਨੂੰ ਚਾਹੀਦਾ ਕਿ ਉਸ ਮੀਡੀਆ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਸਾਡੀ ਕੌਮ ਦੀ ਗੱਲ ਜਿਹੜੀ ਹੈ ਕਿਉਂਕਿ ਜਿਹਨਾਂ ਲੋਕਾਂ ਨੇ ਸਾਨੂੰ ਕੋਹ ਕੋਹ ਕੇ ਕਤਲ ਕੀਤਾ ਜਿਹਨਾਂ ਲੋਕਾਂ ਨੇ ਥਾਣਿਆਂ ਦੇ ਵਿੱਚ ਜਿਹੜਾ ਕਿ ਸਾਡੀ ਕੌਮ ਦੀਆਂ ਧੀਆਂ ਭੈਣਾਂ ਨੂੰ ਨੰਗੀਆਂ ਕਰ ਕਰਕੇ ਟੌਰਚਰ ਕੀਤਾ ਉਹ ਲੋਕ ਉਲਟਾ ਦੁਨੀਆਂ ਦੇ ਵਿੱਚ ਸਾਨੂੰ ਹੀ ਅੱਤਵਾਦੀ ਕਹਿ ਕੇ ਬਦਨਾਮ ਕਰ ਰਹੇ ਆ ਤੇ ਇਸ ਕੂੜ ਪ੍ਰਚਾਰ ਦਾ ਜਵਾਬ ਦੇਣ ਲਈ ਸਾਡਾ ਮੀਡੀਆ ਸਾਡੀਆਂ ਕਲਮਾਂ ਜਿਹੜੀਆਂ ਉਹ ਇੰਨੀਆਂ ਤਾਕਤਵਰ ਹੋਣੀਆਂ ਚਾਹੀਦੀਆਂ ਕਿ ਉਹ ਇਸ ਕੂੜ ਪ੍ਰਚਾਰ ਦਾ ਸਹੀ ਤਰੀਕੇ ਦੇ ਨਾਲ ਜਵਾਬ ਦੇ ਸਕਣ ਤੇ ਇਹਦੇ ਲਈ ਇਹ ਜ਼ਰੂਰੀ ਆ ਕਿ ਸਮੁੱਚੀ ਕੌਮ ਦੀ ਹਮਾਇਤ ਜਿਹੜੀ ਆ ਉਹ ਇਹਨਾਂ ਕਲਮਾਂ ਨੂੰ ਇਹਨਾਂ ਮੀਡੀਆ ਅਦਾਰਿਆਂ ਨੂੰ ਮਿਲੇ ਜੀ। ਜੀ ਵਾਕਈ ਤਾਂ ਹੀ ਸਾਰਾ ਕੁਛ। ਖਾਲਸਾ ਜੀ ਕੀ ਲੱਗਦਾ ਤੁਹਾਨੂੰ ਵੀ 1984 ਤੇ ਉਸ ਹਮਲੇ ਤੋਂ ਬਾਅਦ ਸਿੱਖ ਕੌਮ ਅੱਗੇ ਗਈ ਹੈ ਜਾਂ ਉੱਥੇ ਰੁਕ ਗਈ ਜਾਂ ਪਿੱਛੇ ਵੱਲ ਗਈ ਹੈ? ਹਾਂ, ਇਹਦੇ ਲਈ ਜਿਹੜਾ ਕਿ ਅਸੀਂ ਦੇਖਦੇ ਹਾਂ ਕਿ ਹਿੰਦੁਸਤਾਨ ਦੀ ਸਰਕਾਰ ਨੇ ਜੀ ਜਿਹੜਾ
1984 तो बाद जिन्ना फ्रंटा के उत्ते काम करना किया उन्होंने कई तरह के इदा के हथकंडे थे कि आप सिख कौम घर ही इना ज्यादा उलझा देना कि वह जी लड़ाई जी लोह वीरवी लड़ाई जी हिंदुस्तानी स्टेट के नाल जी शुरू हुई कौम की उस लड़ाई के वालों कौम का ध्यान ही हट जाए छोटे छोटे धड़े बना के निकी निकी गल के उत्ते आप लड़ती रहे ये कौम ये जेड़ा कि शहीद सिख मिशनरी कॉलेज तो एक प्रिंसीपल ने जेड़ा कि मैं पहला भी कई बार इस गल का क्योंकि उस प्रिंसीपल ने एक सभा के स्टेज तो यह गल दसी है कि एक जेड़ा हिंदुस्तान की एजेंसी के किसी अफसर का उन्होंने फोन आया कि सिखा के जेड़े है कि रौले वाले मसले वाद विवाद वाले मसले जेड़े है उन्होंने लिस्ट तुम जरा कि मैं दो अच्छा कौम के विवादित मसलों की लिस्ट मंगी उन्होंने हाँ जी जी अगों उन्होंने शक पैदा होया कि यह एक सरकारी अफसर है इन्हू इन मसलों के नाल की जरा मतलब हो सकता तो उन्हें कहा भी तुम्हें इस पिछले चाहिए वो कहता कि सू ऑर्डर है सू जी है ये लिस्ट जी है चाहिए है कि अगों उस प्रिंसीपल ने कहा कि मैं उन्होंने जवाब देता कि मैं तुम्हें क्यों दया जी है कि साढ़े अपने कौमी मसले ने लिस्ट मैं तुम्हें कहदे लई दवां अगों उस दफ्तर का कहना था कि जे तुम्हें नहीं देनी तो चलो मैं होकर प्रबंध करवागा पर मैं चाहिए है अभी वेखते हैं कि उस तो बाद कभी दसम ग्रंथ का मुद्दा कभी माफ खान का मुद्दा कभी कोई होर मुद्दा जेड़ा कि इस तरह के छोटे छोटे मसलों के कौम उलझाया जा रहा इस तरह साजिशां जिहड़ियां ने असीं देखते हैं कि दुश्मन भारतीय स्टेट जिहड़ी है काफी हद तक कामयाब हो गई है इस कारण ही जो सिखा का संघर्ष जो 1984 के घलूकारे तो बाद जो अगे वध्या उसनू इस तरीके दे नाल उलझा दिता गया इस वेले जिन्हें भी पंथ दर्दी ने उन्होंने लिए यह एक स्पष्ट होना चाहिए कि इस तरह के फजूल जे जो मुद्दे है इन्हों के आपो उलझन की बजाय जरा कि सा दुश्मन है साढ़े घर में लगी हुई अग जी है उस अग न बुझा कौम आजाद करवा जी कि पहली लोड़ है ये जेडे मसले ने उस तो बाद जरा कि अंदर वड़ के जेडे सुलझाए जा सकते हैं कि इन्हों का इस तरह स्टेजा के उ खिलारा पाना जनू भरा मारू जंग तब्दील करना ये असल असं दुश्मन के हाथ मजबूत कर रहे हैं ये गल जी है कि सा कौम के दर्दी चिंतक जिनी छेती समझ जा उन्नी जल्दी जरा कि अभी अपने संघर्ष न जरा कि खड़ोत जी अभी महसूस कर रहे हैं वह तोड़ के अभी संघर्ष जो अगे वधेगा बहुत छेती अपनी मंजिल की प्राप्ति करेगा जी खालसा जी तीन सवाल होर है बड़े अहम सवाल है मैं वह भी चाहूँगा एक तो मैं थोड़े को यह जानना चाहना है कि जो दरबार साहब से हमला हो के हटिया उस तो बाद उदों तो लैके तो जो सतवंत सिंह भाई बेअंत सिंह होर ने भाई केहर सिंह होर ने इंदिरा गांधी ने जो सोध्या तो उस दरम्यान सिख कौम के हालात उन्होंने दिनों में किहो जिहे हो गए सी उन्होंने दिनों के जोड़े हालात मतलब एक निकी जी जी घटना जी तुम एक गल समझ आ जाएगी जदों मैं अपनी जी किताब मैं जिक्र किया घलूकारा जी 1984 के काम कर रहा है कुछ सिंह जेडे उन्होंने दसिया कि लगातार जी है कि उन्होंने को बहुत टॉर्चर कर करके उन्होंने पुछगिछ की जा रही थी जेडे सिंह अंदरों मोर्चों के लड़ते हुए जख्मी हुए जेडे कि गिरफ्तार कर ले गए उन्होंने बहुत ज्यादा तशद्दुद किया जा रहा है उन्होंने तो पुछगिछ की जाती थी सिलसिला जरा महीनिया बदी इसे तरह चलता रहा वो कहते भी अभी लाभे जेल के साडे को पुछगिछ करने वाली टीम जी है क्योंकि टीम बदल बदल के आ रही थी पुछगिछ करने वाली कहते भी जो पुछगिछ सा हो रही थी कई महीने क्योंकि पुछगिछ चलती रही कहते भी उस दौरान ही यह खबर आ गई कि दिल्ली के इंदिरा गांधी ने गोलियां मार के कतल कर दिया गया वो कहते भी उस तो बाद जरा कि वह पुछगिछ जी है सू जलील किया जाता से तशद्दुद किया जाता वो एकदम ही बंद हो गया फिर वो आप इस गल का जवाब देंगे ने कहते कि अफसर जो उन्होंने महसूस किया कि महसूस हो गया कि जे इन्ह लोगों ने देश की प्रधानमंत्री नहीं छड़िया तो असं की चीज हाँ उन्होंने एक दिल के अंदर जरा कि एक सहम पैदा हो गया तो उस बाद सिखा उन्होंने सिंह के उत्ते तशद्दुद भी बंद हो गया
ਤੇ ਉਹਨਾਂ ਦੀ ਜਿਹੜੀ ਇਸ ਤਰ੍ਹਾਂ ਦੀ ਪੁੱਛਗਿੱਛ ਜਿਹੜੀ ਸੀ ਉਹ ਵੀ ਇੱਕਦਮ ਬੰਦ ਹੋ ਗਈ ਜੀ। ਤੇ ਇਹ ਜਿਹੜਾ ਕਿ ਲਗਾਤਾਰ ਜਿਹੜਾ ਕਿ 1984 ਤੋਂ ਬਾਅਦ ਦਰਬਾਰ ਸਾਹਿਬ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਇਸ ਤਰੀਕੇ ਉਹ ਕੌਮ ਨੂੰ ਹੋਰ ਵੱਧ ਦਬਾਉਣ ਦਾ ਯਤਨ ਕਰ ਰਹੇ ਸੀ ਤੇ ਇੰਦਰਾ ਗਾਂਧੀ ਦੇ ਕਤਲ ਨੇ ਜਿਹੜਾ ਕਿ ਇੱਕਦਮ ਇਹਦੇ ਵਿੱਚ ਜਿਹੜਾ ਕਿ ਪਾਸਾ ਪਲਟ ਦਿੱਤਾ ਤੇ ਸਿੱਖਾਂ ਦੀ ਤਾਕਤ ਜਿਹੜੀ ਸੀ ਉਹਦਾ ਅਹਿਸਾਸ ਜਿਹੜਾ ਕਿ ਭਾਰਤੀ ਸਟੇਟ ਦੇ ਕਰਿੰਦਿਆਂ ਨੂੰ ਵੀ ਕਰਵਾ ਦਿੱਤਾ ਤੇ ਬਾਕੀ ਦੁਨੀਆਂ ਨੂੰ ਵੀ ਤੇ ਜਿਹਦੇ ਨਾਲ ਸਿੱਖਾਂ ਦਾ ਸੰਘਰਸ਼ ਜਿਹੜਾ ਕਿ ਉਹ ਜਿਹੜੇ ਲੋਕ ਕਹਿੰਦੇ ਸੀ ਕਿ ਸਿੱਖ ਹੁਣ 100 ਸਾਲ ਤੱਕ ਨਹੀਂ ਉੱਠ ਸਕਦੇ ਉਹਨਾਂ ਲੋਕਾਂ ਦੇ ਮੂੰਹ ਦੇ ਉੱਤੇ ਇੱਕ ਚਪੇੜ ਸੀ ਤੇ ਸੰਘਰਸ਼ ਜਿਹੜਾ ਸਿੱਖਾਂ ਦਾ ਉਛਾਲਾ ਮਾਰਦਾ ਅੱਗੇ ਵਧਿਆ ਤੇ ਉਹਨੇ ਭਾਰਤੀ ਹਕੂਮਤ ਦੇ ਵੱਡੇ ਵੱਡੇ ਜਿਹੜੇ ਥੰਮ ਸੀ ਉਹ ਡੇਗ ਦਿੱਤੇ। ਵਾਕਈ ਖਾਲਸਾ ਜੀ, ਇੱਕ ਜਿਹੜੀ ਤੁਸੀਂ ਕਿਤਾਬ ਦਾ ਜ਼ਿਕਰ ਕਰਦੇ ਹੋ ਤੁਹਾਡੀ ਲਿਖੀ ਹੋਈ ਹੈ ਘੱਲੂਘਾਰਾ ਜੂਨ 1984, ਉਹਦੇ ਵਿੱਚ ਤੁਸੀਂ ਇੱਕ ਜਗ੍ਹਾ ਜ਼ਿਕਰ ਕੀਤਾ ਹੈਗਾ ਕਿ ਸੰਤਾਂ ਦੀ ਸ਼ਹੀਦੀ ਸਮੇਂ ਕੰਪਲੈਕਸ ਜੈਕਾਰਿਆਂ ਨਾਲ ਗੂੰਜ ਉੱਠਿਆ। ਮੈਂ ਚਾਹੁੰਦਾ ਕਿ ਥੋੜ੍ਹੀ ਜਿਹੀ ਇੱਕ ਵੰਨਗੀ ਥੋੜ੍ਹੀ ਜਿਹੀ ਪੇਸ਼ ਜ਼ਰੂਰ ਕਰ ਦਿਓ ਕਿ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਸ਼ਹਾਦਤ ਹੋਈ ਹੈ, ਜਦੋਂ ਬਾਹਰ ਆਇਆ ਤਾਂ ਉਸ ਵੇਲੇ ਦਾ ਥੋੜ੍ਹਾ ਜਿਹਾ ਨਕਸ਼ਾ, ਥੋੜ੍ਹਾ ਜਿਹਾ ਦ੍ਰਿਸ਼। ਹਾਂਜੀ, ਇਹ ਨਾ ਕਈ ਅਸਲ ਵਿੱਚ ਜਿਹੜਾ ਭਾਈ ਸੁਖਵੰਤ ਸਿੰਘ ਜਲਾਲਾਬਾਦ ਜਿਹੜਾ ਕਿ ਉਹਨਾਂ ਨੇ ਇਹ ਜ਼ਿਕਰ ਕੀਤਾ ਜੀ, ਤੇ ਜਿਹੜੀਆਂ ਕਈ ਉਸ ਵੇਲੇ ਤੇ ਸੰਤ ਜਰਨੈਲ ਸਿੰਘ ਹੋਰਾਂ ਦੇ ਬਿਲਕੁਲ ਨਾਲ ਸੀਗੇ ਜਿਹੜੇ ਸਿੰਘ ਜੀ, ਜਿਨ੍ਹਾਂ ਦੇ ਵਿੱਚ ਭਾਈ ਮੁਖਤਿਆਰ ਸਿੰਘ ਮੁਖੀ ਜੀ ਦਮਦਮੀ ਟਕਸਾਲ ਦੇ ਜਿਹੜੇ ਕਿ ਕੀਰਤਨ ਕਰਨ ਦੀ ਜਿਹੜੀ ਕਿ ਡਿਊਟੀ ਨਿਭਾਉਂਦੇ ਸੀਗੇ ਜੀ, ਉਹਨਾਂ ਦੇ ਅੱਖੀਂ ਜਿਹੜੀ ਆ ਵੇਖੀ ਆ ਜਿਹੜੀ ਘਟਨਾ ਜੀ, ਉਹ ਕਹਿੰਦੇ ਆ ਕਿ ਅਸੀਂ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਤਹਿਖਾਨਾ ਹੇਠਾਂ ਜਿੱਥੇ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਖੀਰਲੇ ਸਮੇਂ ਜਿਹੜਾ ਕਿ ਸਾਰੀ ਕਮਾਂਡ ਜਿਹੜੀ ਆ ਪਲ ਪਲ ਦੀ ਜਿਹੜੀ ਜਾਣਕਾਰੀ ਵੀ ਉਹ ਇਕੱਠੀ ਕਰ ਰਹੇ ਸੀ ਤੇ ਸਿੰਘਾਂ ਨੂੰ ਹਦਾਇਤਾਂ ਵੀ ਦੇ ਰਹੇ ਸੀ ਜੀ, ਤੇ ਜਿਸ ਵੇਲੇ ਅੰਦਰ ਟੈਂਕ ਦਾਖਲ ਹੋਏ ਜੀ, ਤੇ ਉਹ ਕਹਿੰਦੇ ਆ ਕਿ ਸੰਤ ਜਰਨੈਲ ਸਿੰਘ ਹੋਰਾਂ ਨੇ ਪਹਿਲਾਂ ਕਿਹਾ ਕਿ ਅਸੀਂ ਜਿਹੜਾ ਕਿ 9 ਵਜੇ ਦਾ ਟਾਈਮ ਉਹਨਾਂ ਨੇ ਰੱਖਿਆ ਕਿ 9 ਵਜੇ ਜਿਹੜਾ ਕਿ ਹੁਣ ਜਦੋਂ ਟੈਂਕਾਂ ਦੇ ਅੱਗੇ ਮੁਕਾਬਲੇ ਵਾਲੀ ਜਿਹੜੀ ਹੈ ਉਹ ਗੋਲੀਆਂ ਜਿਹੜੀਆਂ ਟੈਂਕਾਂ ਦਾ ਕਿੰਨੀ ਕੁ ਦੇਰ ਮੁਕਾਬਲਾ ਕਰ ਸਕਦੀਆਂ ਜੀ, ਅਸਲਾ ਵੀ ਜਿਹੜਾ ਕਿ ਸਿੰਘਾਂ ਦੇ ਕੋਲੇ ਤਕਰੀਬਨ ਖਤਮ ਹੋ ਗਿਆ ਸੀ, 2-3 ਦਿਨ ਤੋਂ ਬਿਜਲੀ ਕੱਟੀ ਹੋਈ ਸੀ, ਪਾਣੀ ਕੱਟਿਆ ਹੋਇਆ ਸੀਗਾ, ਭੁੱਖੇ ਤੇ ਭਿਆਏ ਜਿਹੜੇ ਸਿੰਘ ਲਗਾਤਾਰ ਕਈ ਦਿਨਾਂ ਤੋਂ ਲੜ ਰਹੇ ਸੀ ਜੀ, ਤੇ ਉਸ ਵੇਲੇ ਜਿਹੜਾ ਕਿ ਉਹਨੇ ਇਹ ਫੈਸਲਾ ਕੀਤਾ ਸੀ ਕਿ ਅਸੀਂ ਜਿਹੜਾ ਕਿ 9 ਵਜੇ ਜਿਹੜਾ ਕਿ ਬਾਹਰ ਨਿਕਲਣਾ ਜੀ ਤੇ ਸ਼ਹੀਦ ਹੋਣਾ ਜੀ, ਉਹ ਦੱਸਦੇ ਆ ਜੀ ਕਿ ਜਿਸ ਵੇਲੇ ਸਵੇਰੇ ਉਹ ਕਹਿੰਦੇ 8:30 ਵਜੇ ਦਾ ਟਾਈਮ ਸੀਗਾ ਜੀ ਜੀ ਜੀ, ਤੇ ਉਹ ਕਹਿੰਦੇ ਵੀ ਭਾਈ ਅਮਰੀਕ ਸਿੰਘ ਜਿਹੜੇ ਉਹ ਆਏ ਜੀ, ਤੇ ਕੁਝ ਸਿੰਘਾਂ ਨੇ ਜਿਹੜਾ ਕਿ ਇਹਨਾਂ ਨੇ ਵਿਚਾਰ ਕੀਤੀ, ਕਹਿੰਦੇ ਵੀ 5 ਸਿੰਘ ਹੁਣ ਇਕੱਠੇ ਹੋ ਕੇ ਸਾਈਡ ਤੇ ਆ ਕੇ ਵਿਚਾਰ ਕਰਨ ਲੱਗੇ ਜੀ, ਤੇ ਵਿਚਾਰ ਕਰਨ ਤੋਂ ਬਾਅਦ ਜਦੋਂ ਸੰਤ ਜਰਨੈਲ ਸਿੰਘ ਜੀ ਔਰੰਗਜ਼ੇਬ ਆਏ ਤੇ ਸੰਤ ਜਰਨੈਲ ਸਿੰਘ ਹੋਰੀ ਉਹਨਾਂ ਦੀ ਮਾਨਸਿਕਤਾ ਜਿਹੜੀ ਉਹ ਸਮਝ ਗਏ ਪਹਿਲਾਂ ਜੀ, ਤੇ ਉਹ ਕਹਿੰਦੇ ਸਿੰਘੋ ਹੋਰ ਮੈਨੂੰ ਜੋ ਮਰਜ਼ੀ ਹੁਕਮ ਲਾ ਦਿਓ ਪਰ ਇੱਥੋਂ ਨਿਕਲ ਸਕਣ ਦਾ ਹੁਕਮ ਜਿਹੜਾ ਉਹਨਾਂ ਮੈਨੂੰ ਕਰਿਓ ਕਿਉਂਕਿ ਹੁਣ ਜਿਹੜਾ ਕਿ ਸ਼ਹੀਦੀ ਜਿਹੜੀ ਆ ਉਹ ਪਾਉਣੀ ਆ ਜੀ, ਤੇ ਇਹਦੇ ਨਾਲ ਜਿਹੜਾ ਕਿ ਉਹਨਾਂ ਸਿੰਘਾਂ ਹੁੰਦਾ ਕਿਉਂਕਿ ਉਹ ਸਿਰਫ ਵਿਚਾਰ ਹੀ ਇਹੀ ਕਰਕੇ ਆਏ ਸੀ, ਸੰਤਾਂ ਨੂੰ ਜਿਹੜਾ ਕਿਹਾ ਜਾਵੇ ਕਿ ਤੁਸੀਂ ਜਿਹੜਾ ਕਿ ਇਸ ਮੱਚੀ ਹੋਈ ਲੜਾਈ ਦੇ ਵਿੱਚੋਂ ਨਿਕਲ ਜਾਓ, ਤੇ ਫਿਰ ਉਹਨਾਂ ਨੇ ਵਿਚਾਰ ਜਿਹੜਾ ਕਿ ਉਹ ਛੱਡ ਦਿੱਤਾ, ਤੇ ਉਹ ਕਹਿੰਦੇ ਕਿ ਜਿਹੜਾ ਉਸ ਵੇਲੇ ਜਿਹੜੇ ਜਿੰਨੇ ਵੀ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਸੀਗੇ ਮੌਜੂਦ ਉਹਨਾਂ ਦੀ ਚੜ੍ਹਦੀ ਕਲਾ ਕਿਸ ਤਰ੍ਹਾਂ ਦੀ ਸੀ, ਕਿਵੇਂ ਇੰਨੇ ਵਰਦੇ ਜਦੋਂ ਤੋਪਾਂ ਦੇ ਗੋਲੇ ਵਰ ਰਹੇ ਸੀ ਤੇ ਏਦਾਂ ਲੱਗਦਾ ਸੀ ਜਦੋਂ ਕੋਈ ਟੈਂਕ ਦਾ ਗੋਲਾ ਚੱਲਦਾ ਸੀ ਤੇ ਏਦਾਂ ਲੱਗਦਾ ਸੀ ਸਾਰੀ ਦੀ ਸਾਰੀ ਇਮਾਰਤ ਜਿਹੜੀ ਆ ਕਿ ਉਹ ਡਿੱਗ ਪਈ ਹੈ ਜਿਵੇਂ ਥੱਲੇ ਜੀ, ਤੇ ਉਹ ਕਹਿੰਦੇ ਇੱਕ ਵਾਰੀ ਤੇ ਏਦਾਂ ਲੱਗਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦਿਲ ਜਿਹੜੀ ਉਹ ਸਾਰੀ ਦੀ ਸਾਰੀ ਥੱਲੇ ਡਿੱਗ ਪਈ ਜਦੋਂ ਗੋਲਾ ਚੱਲਿਆ, ਤੇ ਕਹਿੰਦੇ ਕਿ ਮੈਂ ਭਾਈ ਮੁਖਤਿਆਰ ਸਿੰਘ ਮੁਖੀ ਦੱਸਦੇ ਆ ਜੀ ਜੀ, ਤੇ ਕਹਿੰਦੇ ਕਿ ਮੈਂ ਇੱਕਦਮ ਸੰਤ ਜਰਨੈਲ ਸਿੰਘ ਹੋਰੀ ਜਿਹੜੇ ਕਿ ਉੱਥੇ ਲੇਟੇ ਹੋਏ ਸੀਗੇ, ਮੈਂ ਉਹਨਾਂ ਦੇ ਉੱਤੇ ਲੰਮਾ ਪੈ ਗਿਆ ਜਿਹੜਾ ਜਦੋਂ ਬਿਲਡਿੰਗ ਡਿੱਗ ਰਹੀ ਆ ਤੇ ਸੰਤ ਜਰਨੈਲ ਸਿੰਘ ਹੋਰਾਂ ਦੇ ਉੱਤੇ ਜਿਹੜਾ ਕਿ ਜਿਹੜੇ ਪੱਥਰ ਡਿੱਗਣ, ਤੇ ਪਿਆਰ ਨਾਲ ਕਹਿੰਦੇ ਸੰਤਾਂ ਨੇ ਮੈਨੂੰ ਕਿਹਾ ਕਿ ਕਹਿੰਦੇ ਵੀ ਡਰ ਗਿਆ ਜੀ, ਤੇ ਕਹਿੰਦੇ ਮੈਂ ਕਿਹਾ ਵੀ ਨਹੀਂ ਮੈਨੂੰ ਇਹ ਸੀਗਾ ਕਿ ਤੁਹਾਡੇ ਉੱਤੇ ਜਿਹੜਾ ਇਹ ਪੱਥਰ ਤੇ ਰੋੜੇ ਜਿਹੜੇ ਆ ਇਹ ਨਾ ਡਿੱਗਣ ਜੀ, ਉਹ ਕਹਿੰਦੇ ਵੀ ਇਹ ਤੇ ਜਿਹੜਾ ਇਹ ਸਰੀਰਾਂ ਦਾ ਮੋਹ ਨੀ ਕਰੀਦਾ ਹੁੰਦਾ
ਵੀ ਇਹ ਜਿਹੜਾ ਵਾ ਸਿੰਘਾਂ ਦੇ ਸ਼ਹੀਦੀਆਂ ਹੁੰਦੀਆਂ ਹੀ ਆ ਜੰਗ ਦੇ ਮੈਦਾਨਾਂ ਦੇ ਵਿੱਚ ਤੇ ਕਿਸ ਤਰੀਕੇ ਦੇ ਨਾਲ ਕਹਿੰਦੇ ਵੀ ਬਾਕੀ ਸਿੰਘ ਜਿਹੜੇ ਸੀਗੇ ਉਹ ਵਿਚਾਰ ਆਪਣਾ ਇਸ ਮਾਹੌਲ ਦੇ ਵਿੱਚ ਵਰਦੀਆਂ ਹੋਈਆਂ ਗੋਲੀਆਂ ਤੇ ਗੋਲੀਆਂ ਦੇ ਵਿੱਚ ਕਿਵੇਂ ਚੜ੍ਹਦੀ ਕਲਾ ਦੇ ਵਿੱਚ ਸੀ ਸੰਤ ਜਰਨੈਲ ਸਿੰਘ ਦੇ ਵੱਡੇ ਭਰਾ ਸਾਹਿਬ ਜੀ ਭਾਈ ਜਗੀਰ ਸਿੰਘ ਉਹਨਾਂ ਦੀ ਡਿਊਟੀ ਜਿਹੜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜਾ ਮੁੱਖ ਸਥਾਨ ਆ ਜਿੱਥੇ ਸ਼ਸਤਰ ਪਏ ਹੁੰਦੇ ਉੱਥੇ ਸੀਗੇ ਠੀਕ ਹਾਂਜੀ ਉਹ ਕਹਿੰਦੇ ਵੀ ਉਹਨਾਂ ਨੇ ਨਾ ਪੁਰਾਣਾ ਜਿਹੜਾ ਚੋਲਾ ਲਾ ਕੇ ਤੇ ਨਵਾਂ ਚੋਲਾ ਪਾ ਲਿਆ ਜੀ ਨਵਾਂ ਗਾਤਰਾ ਜਿਹੜਾ ਸੀ ਪੁਰਾਣਾ ਜਿਹੜਾ ਸੀ ਲਾ ਕੇ ਰੱਖ ਦਿੱਤਾ ਤੇ ਨਵਾਂ ਪਾ ਲਿਆ ਅੱਛਾ ਜੀ ਤੇ ਕਹਿੰਦੇ ਮੈਂ ਕਿਹਾ ਬਾਪੂ ਤੂੰ ਇਹ ਕੀ ਕਰ ਰਿਹਾ ਇਸ ਵੇਲੇ ਤਾਂ ਹੁਣ ਭਰੋਸਾ ਨੀ ਵੀ ਆਪਾਂ 5 ਮਿੰਟ ਜਿਉਣਾ 10 ਮਿੰਟ ਜਿਉਣਾ ਕਿ ਤੁਸੀਂ ਪੁਰਾਣੇ ਕੱਪੜੇ ਚੇਂਜ ਕਰਕੇ ਨਵੇਂ ਪਾ ਰਹੇ ਹੋ ਜੀ ਤੇ ਕਹਿੰਦੇ ਵੀ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਮੁਖੀ ਤੈਨੂੰ ਨੀ ਪਤਾ ਕਹਿੰਦੇ ਮੈਂ ਪੁੱਛਿਆ ਵੀ ਕੀ ਨੀ ਪਤਾ ਕਹਿੰਦੇ ਵੀ ਹੈ ਤੇ ਮੈਂ ਸੰਤਾਂ ਤੋਂ ਵੱਡਾ ਉਹ ਸੰਤ ਜਰਨੈਲ ਸਿੰਘ ਤੋਂ ਵੱਡੇ ਭਰਾ ਸਾਹਿਬ ਸੀਗੇ ਭਾਈ ਜਗੀਰ ਸਿੰਘ ਕਹਿੰਦੇ ਵੀ ਹੈ ਤੇ ਮੈਂ ਸੰਤਾਂ ਤੋਂ ਵੱਡਾ ਪਰ ਅੱਜ ਮੈਂ ਸੰਤਾਂ ਦਾ ਸਰਬਾਲਾ ਬਣਨਾ ਜਦੋਂ ਸੰਤਾਂ ਨੇ ਲਾੜੀ ਮੌਤ ਨੂੰ ਵਿਆਹਣਾ ਤੇ ਮੈਂ ਉਹਨਾਂ ਦਾ ਸਰਬਾਲਾ ਬਣ ਕੇ ਜਾਣਾ ਉਹ ਕਹਿੰਦੇ ਜੀ ਮੈਂ ਹੈਰਾਨ ਰਹਿ ਗਿਆ ਤੇ ਇਸੇ ਤਰ੍ਹਾਂ ਇੱਕ ਸਿੰਘ ਭਾਈ ਹਰਧਰਨ ਸਿੰਘ ਮੁਕਤਾ ਸੀਗੇ ਉਹ ਕਹਿੰਦੇ ਵੀ ਉਹਨਾਂ ਨੇ ਨਾ ਉੱਥੇ ਇੱਕ ਬਾਲਟੀ ਸੀਗੀ ਜਦੋਂ ਕਹਿੰਦੇ ਵੀ ਫੈਸਲਾ ਹੋਇਆ ਨਾ ਵੀ ਆਪਾਂ ਹੁਣ ਬਾਹਰ ਜਾ ਕੇ ਜਿਹੜਾ ਕਿ ਸ਼ਹੀਦੀ ਦੇਣੀ ਹੈ ਤੇ ਉਹਨੇ ਨਾ ਬਾਲਟੀ ਜਿਹੜੀ ਸੀ ਆਪਣੇ ਚਿਹਰੇ ਦੇ ਉੱਤੇ ਪਾ ਲਈ ਕਹਿੰਦੇ ਮੈਂ ਕਿਹਾ ਵੀ ਮੁਕਤਾ ਜੀ ਇਹ ਕੀ ਕਰ ਰਹੇ ਹੋ ਉਹ ਕਹਿੰਦੇ ਵੀ ਬਾਹਰ ਮੀਂਹ ਵਾਂਗ ਗੋਲੀ ਵਰਦੀ ਆ ਤੇ ਬਾਕੀ ਸਾਰੇ ਸਰੀਰ ਤੇ ਗੋਲੀਆਂ ਵੱਜ ਜਾਣ ਪੂਰਾ ਸਰੀਰ ਜਿਹੜਾ ਚਲਣੀ ਹੋ ਜਾਏ ਪਰ ਚਿਹਰਾ ਜਿਹੜਾ ਕਿ ਇਸ ਤਰ੍ਹਾਂ ਮੈਂ ਚਾਹੁੰਦਾ ਕਿ ਬਚਿਆ ਰਵੇ ਕਿ ਜਦੋਂ ਦੂਰੋਂ ਵੀ ਵੇਖੇ ਵੀ ਮੇਰੀ ਲਾਸ਼ ਨੂੰ ਵੇਖੇ ਤੇ ਦੂਰੋਂ ਕਵੇ ਕਿ ਉਹ ਮੁਕਤਾ ਪਿਆ ਤੇ ਇਸ ਤਰੀਕੇ ਦੇ ਨਾਲ ਕਹਿੰਦੇ ਸੀ ਸਿੰਘਾਂ ਦੇ ਵਿੱਚ ਜਿਹੜਾ ਚੜ੍ਹਦੀ ਕਲਾ ਦੀਆਂ ਗੱਲਾਂ ਹਾਸਾ ਠੱਟਾ ਜਿਹੜਾ ਚੱਲ ਰਿਹਾ ਸੀਗਾ ਤੇ ਏਦਾਂ ਦੀਆਂ ਗੱਲਾਂ ਕਹਿੰਦੇ ਵੀ ਅਸੀਂ ਤਹਿਖਾਨੇ ਦੇ ਵਿੱਚ ਬੈਠੇ ਸੀਗੇ ਕਿ ਉੱਪਰੋਂ ਜਿੱਥੇ ਮੁੱਖ ਸਥਾਨ ਦੇ ਵਿੱਚੋਂ ਗੁਰਮੁਖ ਸਿੰਘ ਗੜਵਾਈ ਸੰਤਾਂ ਦਾ ਜਿਹੜਾ ਸੀ ਉਹ ਆਇਆ ਤੇ ਉਹ ਆ ਕੇ ਕਹਿੰਦਾ ਸੰਤ ਜੀ ਇਹ ਸ਼ੈਕਰਾਂ ਵਾਲੀ ਪਾਲਕੀ ਜਿਹੜੀ ਆ ਉਹ ਟੈਂਕ ਦੇ ਛੋਟੇ ਦੇ ਨਾਲ ਲੁੱਟ ਗਈ ਆ ਉਹ ਕਹਿੰਦੇ ਵੀ ਜਦੋਂ ਇੰਨੀ ਗੱਲ ਉਹਨੇ ਆ ਕੇ ਦੱਸੀ ਤੇ ਸੰਤ ਜਰਨੈਲ ਸਿੰਘ ਇੱਕਦਮ ਵੀਰ ਵਿੱਚ ਆ ਕੇ ਕਹਿੰਦੇ ਅੱਛਾ ਚਲੋ ਫਿਰ ਚੱਲੀਏ ਫਿਰ ਕਹਿੰਦੇ ਵੀ ਸਾਰੇ ਸਿੰਘਾਂ ਨੇ ਆਪੋ ਆਪਣੀਆਂ ਗੱਲਾਂ ਜਿਹੜੀਆਂ ਸੀ ਚੁੱਕ ਲਈਆਂ ਸੰਤਾਂ ਨੇ ਕਮਰ ਕਸਾ ਕੀਤਾ 2 ਮੈਗਜ਼ੀਨ ਜਿਹੜੇ ਆ ਉਹਦੇ ਵਿੱਚ ਟੰਗ ਲਏ ਤੇ ਰਿਵਾਲਵਰ ਉਹਨਾਂ ਨੇ ਪਾਇਆ ਸੀਗਾ ਤੇ ਸ੍ਰੀ ਸਾਹਿਬ ਵੱਡੀ ਸੀਗੀ ਉਹਨਾਂ ਕੋਲ ਤੀਰ ਨਹੀਂ ਸੀਗਾ ਕੋਲੇ ਤੀਰ ਉਹਨਾਂ ਨੇ ਸ਼ੈਕਟਰਾਂ ਦੇ ਵਿੱਚ ਰੱਖ ਦਿੱਤਾ ਸੀਗਾ ਅੱਛਾ ਜੀ ਚਿੱਟਾ ਕਮਰ ਕਸਾ ਕੀਤਾ ਸੀ ਉਹਨਾਂ ਨੇ ਤੇ ਇੱਕ ਹੱਥ ਵਿੱਚ ਉਹਨਾਂ ਦੀ ਗੰਨ ਸੀਗੀ ਤੇ ਇੱਕ ਮੈਗਜ਼ੀਨ ਜਿਹੜਾ ਉਹਨਾਂ ਨੇ ਉਸ ਗੰਨ ਦੇ ਵਿੱਚ ਫਿੱਟ ਫਿੱਟ ਲਿਆ ਤੇ ਕਹਿੰਦੇ ਵੀ ਸਿੰਘੋ ਚਲੋ ਹੁਣ ਸ਼ਹਾਦਤ ਤੇ ਜਾਮ ਪੀਏ ਉਸ ਵੇਲੇ 8:30 ਜਾਂ 8:40 ਦਾ ਟਾਈਮ ਸੀਗਾ ਸਵੇਰ ਦੇ ਤੇ ਉਸ ਵੇਲੇ ਭਾਈ ਅਮਰੀਕ ਸਿੰਘ ਨੇ ਉਹਨਾਂ ਨੂੰ ਪੁੱਛਿਆ ਕਹਿੰਦੇ ਵੀ ਬਾਬਾ ਜੀ ਸਰੀਰਾਂ ਦਾ ਕੀ ਬਣੂ ਤੇ ਸੰਤ ਜੀ ਕਹਿੰਦੇ ਤੇ ਸਰੀਰਾਂ ਦਾ ਮੋਹ ਨੀ ਕਰਦੇ ਹੁੰਦੇ ਸਿੰਘ ਤੇ ਉਸ ਵੇਲੇ ਭਾਈ ਕਾਬਲ ਸਿੰਘ ਜਿਹਨਾਂ ਨੇ ਭਾਈ ਰਣਜੀਤ ਸਿੰਘ ਦੇ ਨਾਲ ਜਿਹੜਾ ਮਿਲ ਕੇ ਨਰਕਧਾਰੀ ਨੂੰ ਸੋਧਿਆ ਸੀ ਦਿੱਲੀ ਦੇ ਵਿੱਚ ਉਹ ਸੰਤਾਂ ਨੂੰ ਦੱਸਿਆ ਤੇ ਸੰਤਾਂ ਨੇ ਉਹਨੂੰ ਗੁਲਵੱਕੜੀ ਦੇ ਵਿੱਚ ਲੈ ਕੇ ਕਿਹਾ ਵੀ ਕਾਬਲ ਸਿਆ ਭਾਈ ਅਗਾਂਹ ਜਾ ਕੇ ਨਾ ਮੇਰੇ ਤੋਂ ਸੋਨਾ ਮੰਗ ਲਈ ਕਿਉਂਕਿ ਸੰਤਾਂ ਨੇ ਨਾ ਅਸਲ ਵਿੱਚ ਇਹ ਐਲਾਨ ਕੀਤਾ ਸੀਗਾ ਕਿ ਜਿਹੜਾ ਨਰਕਧਾਰੀ ਨੂੰ ਕਤਲ ਕਰੂਗਾ ਉਸ ਸਿੰਘ ਨੂੰ ਮੈਂ ਸੋਨੇ ਦੇ ਨਾਲ ਤੋਲੂਗਾ ਅਗਾਂਹ ਜਾ ਕੇ ਨਾ ਮੇਰੇ ਤੋਂ ਸੋਨਾ ਮੰਗ ਲਈ ਤੇ ਕਹਿੰਦੇ ਵੀ ਸੋਨੇ ਨਾਲ ਤੋਲਣਾ ਸੀਗਾ ਪਰ ਮਹਾਰਾਜ ਨੇ ਸੰਤਾਂ ਨਹੀਂ ਦਿੱਤਾ ਆਪਾਂ ਨੂੰ ਤੇ ਅੱਗੋਂ ਕਾਬਲ ਸਿੰਘ ਕਹਿੰਦਾ ਸੰਤ ਜੀ ਹੋਰ ਕੁਛ ਨੀ ਚਾਹੀਦਾ ਬਸ ਜਿੱਥੇ ਵੀ ਆ ਆਪਣੇ ਨਾਲ ਰੱਖਿਓ ਤੇ ਫਿਰ ਸੰਤ ਕਹਿੰਦੇ ਵੀ ਚੱਲ ਫਿਰ ਇਕੱਠੇ ਚੱਲਾਂਗੇ ਤੇ ਉਸ ਵੇਲੇ ਉਹ ਕਹਿੰਦੇ ਵੀ ਸੰਤਾਂ ਨੇ ਜਿਹੜੀ ਅਰਦਾਸ ਕੀਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਦੋਂ ਪੌੜੀਆਂ ਚੜ੍ਹ ਕੇ ਉੱਪਰ ਆਏ ਮੁੱਖ ਸਥਾਨ ਤੇ ਉਹਨਾਂ ਨੇ ਅਰਦਾਸ ਕੀਤੀ ਕਹਿੰਦੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਤੁਹਾਡਾ ਇਹ ਅਸਥਾਨ ਜਿਹੜਾ ਦੁਸ਼ਮਣ ਦੀ ਫੌਜ ਢਾ ਰਹੀ ਆ ਇਹ ਤਾਂ ਕੌਮ ਨੇ ਹੀਰੇ ਜਵਾਹਰਾਤ ਜੜ ਕੇ ਨਵਾਂ ਬਣਾ ਲੈਣਾ ਜਿਹੜੇ ਦੁਸ਼ਟ ਤੁਹਾਡੇ ਅਸਥਾਨ ਦੀ ਬੇਅਦਬੀ ਕਰ ਰਹੇ ਨੇ ਸਾਨੂੰ ਤੁਸੀਂ ਇਹਨਾਂ ਦੇ ਨਾਲ ਜੂਝਣ ਦਾ ਤੇ ਸ਼ਹਾਦਤ ਪਾਉਣ ਦਾ ਬਲ ਬਖਸ਼ੋ ਤੇ ਕਿਰਪਾਲਤਾ ਕਰੋ ਤੇ ਮੈਂ ਓਨਾ ਚਿਰ ਵਾਰ ਵਾਰ ਜਨਮ ਲਵਾਂ ਜਿੰਨਾ ਚਿਰ ਕੌਮ ਦਾ ਘਰ ਨਹੀਂ ਬਣਦਾ ਇਹ ਅਰਦਾਸ ਕਰਕੇ ਸੰਤ ਕਹਿੰਦੇ ਵੀ ਚਲੋ ਸਿੰਘੋ ਚੱਲੀਏ ਤੇ ਉਹ ਕਹਿੰਦੇ ਵੀ ਉਸ ਟਾਈਮ ਬਾਹਰ ਨਿਕਲਣ ਦੇ ਲਈ ਜਿਹੜੇ ਆ ਨਾ 2 ਰਸਤੇ ਸੀਗੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇੱਕ ਰਸਤਾ ਜਿਹੜਾ ਇਮਲੀ ਸਾਹਿਬ ਵਾਲੇ ਪਾਸੇ ਸੀ ਪਰ ਉਹ ਰਸਤਾ ਜਿਹੜਾ ਕਿ ਉਹ ਮਲਬਾ ਇੰਨਾ ਜ਼ਿਆਦਾ ਡਿੱਗਾ ਸੀਗਾ ਕਿ ਉਹ ਰਸਤਾ ਜਿਹੜਾ ਬਲੌਕ ਹੋ ਗਿਆ ਸੀ ਖਤਮ ਹੋ ਗਿਆ ਸੀ
ਤੇ ਦੂਜੇ ਪਾਸੇ ਖੜਾ ਸਾਹਿਬ ਵਾਲੇ ਪਾਸੇ ਦਾ ਰਸਤਾ ਸੀਗਾ ਜਿਹੜਾ ਉੱਪਰੋਂ ਹੇਠਾਂ ਪਰਿਕਰਮਾ ਨੂੰ ਆਉਂਦਾ ਸੀ ਜੀ ਜੀ ਜਿੱਥੇ ਉਹਨਾਂ ਨੇ ਦੱਸਿਆ ਕਿ ਆਪਾਂ ਹੁਣ ਪ੍ਰਸ਼ਾਦ ਲੈਣੇ ਆ ਹਾਂਜੀ 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 ਤੇ ਅਕਾਲ ਤਖ਼ਤ ਸਾਹਿਬ ਤੇ ਮੱਥਾ ਟੇਕ ਕੇ ਜਿੱਥੇ ਆਪਾਂ ਹੁਣ ਟੇਕਦੇ ਹਾਂ ਉੱਥੇ ਕਹਿੰਦੇ ਵੀ ਇੱਕ ਕੰਧ ਹੁੰਦੀ ਸੀ ਤੇ ਉਹਦੇ ਨਾਲ ਹੀ ਪੌੜੀਆਂ ਜਿਹੜੀਆਂ ਕਿ ਇੱਕ ਹੇਠਾਂ ਉਤਰਦੀਆਂ ਸੀ ਉਹ ਕਹਿੰਦੇ ਵੀ ਉਹਨਾਂ ਪੌੜੀਆਂ ਦੇ ਵਿੱਚ ਅਸੀਂ ਆ ਗਏ ਤੇ ਉਸੇ ਹੀ ਟਾਈਮ ਕਹਿੰਦੇ ਕਿ ਇੱਕ ਟੈਂਕ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਿਲਕੁਲ ਸਾਹਮਣੇ ਆ ਕੇ ਖਲੋ ਚੁੱਕਾ ਸੀ ਤੇ ਉਹ ਸਿੱਧੀ ਗੋਲਾਬਾਰੀ ਜਿਹੜੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਕਰ ਰਿਹਾ ਸੀ ਤੇ ਸੰਤਾਂ ਦੇ ਅੱਗੇ ਅੱਗੇ ਜਿਹੜੇ ਸਿੰਘ ਨਿਕਲੇ ਪਹਿਲਾਂ ਉਹਨਾਂ ਪੌੜੀਆਂ ਦੇ ਰਾਹੀਂ ਉਹਨਾਂ ਵਿੱਚ ਭਾਈ ਪ੍ਰੀਤਮ ਸਿੰਘ ਫੱਤੂ ਢੀਂਗਾ ਭਾਈ ਗੁਰਮੁਖ ਸਿੰਘ ਗੜਬਾਈ ਭਾਈ ਰਾਮ ਸਿੰਘ ਬੋਲਾ ਬਾਪੂ ਜਗੀਰ ਸਿੰਘ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਸੰਤ ਜਰਨੈਲ ਸਿੰਘ ਜੀ ਦੇ ਭਰਾ ਦਾ ਵੱਡੇ ਭਰਾ ਜੀ ਹਾਂ ਜੀ ਵੱਡੇ ਭਰਾ ਭਾਈ ਅਜਾਇਬ ਸਿੰਘ ਮਹਿਤਾ ਭਾਈ ਗੁਰਨਾਮ ਸਿੰਘ ਭਾਈ ਉੱਤਮ ਸਿੰਘ ਇਹ ਸਾਰੇ ਸਿੰਘ ਜਿਹੜੇ ਆ ਸੰਤਾਂ ਦੇ ਅੱਗੇ ਨਿਕਲੇ ਪਹਿਲਾਂ ਤੇ ਨਾਲ ਹੀ ਇਹਨਾਂ ਦੇ ਸੀਗੇ ਭਾਈ ਅਮਰੀਕ ਸਿੰਘ ਭਾਈ ਉਹਨੇ ਮੁਖੀ ਨੇ ਦੱਸਿਆ ਮੁਖਤਿਆਰ ਸਿੰਘ ਮੁਖੀ ਨੇ ਕਹਿੰਦੇ ਵੀ ਅਸੀਂ ਪਿੱਛੇ ਸੀਗੇ ਸੰਤਾਂ ਤੋਂ ਤੇ ਭਾਈ ਗੁਰਮੁਖ ਸਿੰਘ ਡਰਾਈਵਰ ਤੇ ਕਹਿੰਦੇ ਵੀ ਮੈਂ ਉੱਥੇ ਪਿੱਛੇ ਸੀਗੇ ਕਹਿੰਦੇ ਵੀ ਜਦੋਂ ਅਸੀਂ ਨਿਕਲ ਰਹੇ ਸੀ ਨਾ ਉੱਥੋਂ ਪੌੜੀਆਂ ਤੋਂ ਤੇ ਉਦੋਂ ਤੱਕ ਜਿਹੜੀ ਉਹ ਟੈਂਕ ਜਿਹੜਾ ਖੜਾ ਸੀ ਬਿਲਕੁਲ ਸਾਹਮਣੇ ਆ ਕੇ ਤੇ ਉਹਨਾਂ ਟੈਂਕ ਦੇ ਵਿੱਚ ਜਿਹੜੇ ਸੀਗੇ ਆਰਮੀ ਵਾਲੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਆਹ ਜਿਹੜੀ ਜਗ੍ਹਾ ਵੀ ਇੱਥੋਂ ਬੰਦੇ ਨਿਕਲ ਰਹੇ ਆ ਬਾਹਰ ਉਹਨਾਂ ਨੇ ਟੈਂਕ ਦਾ ਜਿਹੜਾ ਨਾ ਗੋਲਾ ਉਹ ਨਿਸ਼ਾਨਾ ਲਾ ਕੇ ਜਿਹੜਾ ਕਿ ਗੋਲਾ ਉੱਥੇ ਮਾਰਿਆ ਤੇ ਭਾਈ ਮੁਖਤਿਆਰ ਸਿੰਘ ਮੁਖੀ ਦੱਸਦੇ ਆ ਕਹਿੰਦੇ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਭਾਈ ਗੁਰਨਾਮ ਸਿੰਘ ਤੇ ਭਾਈ ਉਤਮ ਸਿੰਘ ਇਹ ਦੋਵੇਂ ਸਿੰਘ ਕਹਿੰਦੇ ਵੀ ਏਦਾਂ ਉੱਡ ਗਏ ਜਿਵੇਂ ਰੂਹ ਉੱਡ ਜਾਂਦੀ ਆ ਤੇ ਇਹਨਾਂ ਤੋਂ ਪਹਿਲਾਂ ਕਹਿੰਦਾ ਕਿ ਸੰਤ ਨਿਕਲ ਚੁੱਕੇ ਸੀਗੇ ਅੱਗੇ ਤੇ ਕਹਿੰਦੇ ਵੀ ਅਸੀਂ ਜਦੋਂ ਜ਼ਖਮੀ ਹੋ ਗਏ ਤੇ ਕਹਿੰਦੇ ਵੀ ਭਾਈ ਗੁਰਮੁਖ ਸਿੰਘ ਡਰਾਈਵਰ ਜਿਹੜੇ ਆ ਕਹਿੰਦੇ ਵੀ ਉਹਨਾਂ ਨੇ ਮੈਨੂੰ ਫੜਿਆ ਜ਼ਖਮੀ ਹਾਲਤ ਵਿੱਚ ਤੇ ਇੱਕ ਕਮਰਾ ਸੀਗਾ ਉਸ ਕਮਰੇ ਦੇ ਵਿੱਚ ਖਿੱਚ ਲਿਆ ਤੇ ਉਹ ਕਹਿੰਦੇ ਵੀ ਉੱਥੇ ਜਿਹੜਾ ਕਿ ਟੈਂਕ ਸਿੱਧਾ ਨਿਸ਼ਾਨਾ ਲਾ ਰਿਹਾ ਵੀ ਆਪਾਂ ਇੱਥੇ ਜਿਹੜਾ ਕਿ ਆਪਾਂ ਸੇਫ ਹੈ ਇੱਥੇ ਆਪਾਂ ਕਰ ਸਕਦੇ ਹਾਂ ਮੁਕਾਬਲਾ ਕਰ ਸਕਦੇ ਹਾਂ ਕਹਿੰਦੇ ਵੀ ਉੱਥੋਂ ਸਾਨੂੰ ਲੜਾਈ ਦਾ ਸਾਰਾ ਚੀਨ ਜਿਹੜਾ ਦਿਸ ਰਿਹਾ ਸੀ ਤੇ ਉਹ ਕਹਿੰਦੇ ਵੀ ਸੰਤਾਂ ਨੂੰ ਦਰਖਤ ਨਿਸ਼ਾਨ ਸਾਹਿਬ ਤੋਂ ਦਰਸ਼ਨੀ ਜੋੜੀ ਦੇ ਵਿਚਾਲੇ ਲੱਗਾ ਜਦੋਂ ਸੰਤ ਡਿੱਗੇ ਉਦੋਂ ਉਹਨਾਂ ਦਾ ਫਿਰ ਹਰਿਮੰਦਰ ਸਾਹਿਬ ਦੀ ਦਰਸ਼ਨੀ ਜੋੜੀ ਬਣ ਗਈ ਤੇ ਜਿਹਨਾਂ ਸਿੰਘਾਂ ਨੇ ਜਦੋਂ ਕਿਉਂਕਿ ਲਗਾਤਾਰ ਸੰਤਾਂ ਦੀਆਂ ਜਿਹੜੇ ਸਿੰਘ ਸੀਗੇ ਉਹਨਾਂ ਦੀਆਂ ਨਜ਼ਰਾਂ ਦਾ ਕੇਂਦਰ ਬਿੰਦੂ ਜਿਹਨਾਂ ਨੂੰ ਉਸ ਵੇਲੇ ਮਲਬੇ ਦੇ ਵਿੱਚ ਧੂੜ ਮਿੱਟੀ ਜਿਹੜੀ ਉੱਡ ਰਹੀ ਸੀ ਉਹਦੇ ਵਿੱਚ ਵੀ ਪੂਰਾ ਜ਼ੋਰ ਲਾ ਕੇ ਜਿਹੜੀ ਆ ਕਿ ਉਹ ਕੋਸ਼ਿਸ਼ ਕਰ ਰਹੇ ਕਿ ਸੰਤ ਜਰਨੈਲ ਸਿੰਘ ਹੋਰਾਂ ਦੇ ਜਿਹੜਾ ਕਿ ਧਿਆਨ ਰੱਖਿਆ ਜਾਵੇ ਕਿ ਉਹ ਕਿੱਥੇ ਨੇ ਤੇ ਜਿਸ ਵੇਲੇ ਸਿੰਘਾਂ ਨੇ ਸੰਤ ਜਰਨੈਲ ਸਿੰਘ ਹੋਰਾਂ ਨੂੰ ਦੇਖਦਿਆਂ ਵੇਖਿਆ ਉੱਥੇ ਗੋਲੀਆਂ ਦਾ ਖੂਨ ਤੋਂ ਬਾਅਦ ਤੇ ਭਾਈ ਅਮਰੀਕ ਸਿੰਘ ਵੀ ਜ਼ਖਮੀ ਹੋ ਕੇ ਉੱਥੇ ਡਿੱਗੇ ਪਏ ਸੀਗੇ ਤੇ ਉਸ ਵੇਲੇ ਸੰਤ ਭਾਈ ਅਮਰੀਕ ਸਿੰਘ ਹੋਰਾਂ ਨੇ ਕਿਹਾ ਕਿ ਭਾਈ ਸਿੰਘੋ ਪਾਣਾ ਵਰਤ ਗਿਆ ਸੰਤ ਸ਼ਹੀਦ ਹੋ ਗਏ ਤੇ ਉਸ ਵੇਲੇ ਜਿੰਨੇ ਵੀ ਸਿੰਘ ਸੀਗੇ ਉਹਨਾਂ ਸਾਰਿਆਂ ਨੇ ਜੈਕਾਰਿਆਂ ਦੇ ਨਾਲ ਜਿਹੜਾ ਕਿ ਉਸ ਵੇਲੇ ਆਕਾਸ਼ ਗੁੰਜਾ ਤੇ ਉਸ ਵੇਲੇ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਕੋਲ ਜਿਹੜਾ ਕਿ ਸੰਤ ਜਰਨੈਲ ਸਿੰਘ ਜੀ ਅਕਾਲ ਤਖ਼ਤ ਪਿੰਡਰਾਂ ਜੂਝਦੇ ਹੋਏ ਸ਼ਹੀਦ ਹੋਏ ਤੇ ਉਹਨਾਂ ਦੀ ਸ਼ਹਾਦਤ ਜਿਹੜੀ ਆ ਕਿ ਉਹ ਕਈ ਚਸ਼ਮਦੀਦ ਗਵਾਹ ਜਿਹੜੇ ਆ ਜਿਹਨਾਂ ਨੇ ਉਹ ਵੇਖਿਆ ਉਹ ਦ੍ਰਿਸ਼ ਵੇਖਿਆ ਜਿਹਨਾਂ ਦੇ ਵਿੱਚੋਂ ਭਾਈ ਮੁਖਤਿਆਰ ਸਿੰਘ ਮੁਖੀ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਤੇ USA ਦੇ ਵਿੱਚ ਰਹਿੰਦੇ ਨੇ ਅੱਜਕੱਲ ਉਹਨਾਂ ਦੇ ਨਾਲ ਦੇ ਵੀ ਆ ਕਿ ਤੇ ਸਾਰਾ ਦ੍ਰਿਸ਼ ਜਿਹੜਾ ਕਿ ਉਹਨਾਂ ਤੋਂ ਪੁੱਛਿਆ ਜਾ ਸਕਦਾ ਜੀ ਜੀ ਮੈਨੂੰ ਲੱਗਦਾ ਕਿ 36 ਵਰੇ ਬੀਤ ਚੁੱਕੇ ਨੇ 36ਵਾਂ ਵਰਾ ਚੱਲ ਰਿਹਾ ਹੈਗਾ ਔਰ ਅੱਜ ਵੀ ਬਹੁਤ ਸਾਰੇ ਸੱਜਣ ਅੱਜ ਵੀ ਹੈਗੇ ਨੇ ਜਿਨ੍ਹਾਂ ਨੇ ਉਹ ਸਾਰੇ ਦ੍ਰਿਸ਼ ਆਪਣੀਆਂ ਅੱਖਾਂ ਦੇ ਨਾਲ ਵੇਖੇ ਹੋਏ ਨੇ ਜਿਨ੍ਹਾਂ ਨੇ ਉਹ ਸਾਰੇ ਸੀਨ ਆਪਣੇ ਪਿੰਡੇ ਦੇ ਉੱਪਰ ਹੰਢਾਏ ਨੇ ਸਾਰੇ ਅੱਜ ਵੀ ਹੈਗੇ ਨੇ ਖਾਲਸਾ ਜੀ ਦੋ ਹੋਰ ਛੋਟੇ ਛੋਟੇ ਸਵਾਲ ਛੋਟੇ ਛੋਟੇ ਜਵਾਬ ਮੈਂ ਚਾਹੂੰਗਾ ਇੱਕ ਤਾਂ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਹੈਗਾ ਕਿ ਜਿਹੜੀਆਂ ਸ਼ਹਾਦਤਾਂ ਹੋਈਆਂ ਕੀ ਕੋਈ ਆਪਣੀ ਕੌਮ ਨੇ ਕੋਈ ਇੱਦਾਂ ਦੇ ਵੇਰਵੇ ਇਕੱਠੇ ਕੀਤੇ ਵੀ ਕਿੰਨੀ ਕੁ ਕੌਮ ਉਸ ਵੇਲੇ ਸ਼ਹੀਦ ਹੋਈ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਅੰਦਰ ਚਾਹੇ ਉਹ ਜੁਝਾਰੂ ਸਿੰਘ ਸਨ ਲੜਨ ਵਾਲੇ ਜਾਂ ਆਮ ਸਿੱਖ ਸੰਗਤ ਉਹਨਾਂ ਦੀ ਗਿਣਤੀ ਦੇ ਕੋਈ ਵੇਰਵੇ ਇਕੱਠੇ ਕਰ ਪਾਏ ਹਾਂ ਵੀਰ ਜੀ ਅਸਲ ਵਿੱਚ ਸਾਡੀ ਕੌਮ ਦੀ ਬਦਕਿਸਮਤੀ ਜਿਹੜੀ ਇਹ ਆ ਕਿ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਰਬਾਂ ਰੁਪਈਆਂ ਦਾ ਬਜਟ ਹੋਣ ਦੇ ਬਾਵਜੂਦ ਜੀ ਉਸ ਵੇਲੇ ਦੇ ਜਿਹੜੇ ਆ ਕਿ ਤੱਥ ਤੇ ਅੰਕ ਦੇ ਇਕੱਠੇ ਨਹੀਂ ਕੀਤੇ ਜਾ ਸਕਦੇ ਕਿ ਕਿੰਨੀ ਸੰਗਤ ਜਿਹੜੀ ਹੈ ਕਿ ਉਸ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸ਼ਹੀਦ ਹੋਈ ਹੈ ਜੀ
काम कोई भी बहुता मुश्किल नहीं सीगा। एक ऐलान करन दी देर सीगी कि जिन्ना जिन्ना परिवारां दे मैंबर जिहड़े आ कि 1984 दे विच दरबार साहिब आए सी ते बाद विच उहनां दा पता नहीं लगा, वह अपने वेरवे जिहड़े आ ਉਹ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਵਿੱਚ ਲਿਖਵਾਉਣ ਜੀ, ਪਰ ਨਹੀਂ ਹੋਇਆ ਅਜਿਹਾ, ਨਹੀਂ ਹੋ ਪਾਇਆ। ਤੇ ਆਮ ਅੰਦਾਜ਼ਾ ਜਿਹੜਾ ਇਹੀ ਆ ਕਿ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਪਰਿਕਰਮਾ ਜਿਹੜੀ ਆ ਪੂਰੀ ਦੀ ਪੂਰੀ ਜਿਹੜੀ ਆ ਕਿ ਲਾਸ਼ਾਂ ਨਾਲ ਇਸ ਤਰ੍ਹਾਂ ਭਰੀ ਪਈ ਸੀ, ਤੇ ਪੈਦਲ ਚੱਲਣ ਵਾਲਾ ਕੋਈ ਬੰਦਾ ਜਿਹੜਾ ਕਿ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਵੀ ਉਹ ਕਿਸੇ ਲਾਸ਼ ਦੇ ਉੱਤੇ ਉਹਦਾ ਪੈਰ ਨਾ ਆਵੇ। ਮੈਨੂੰ ਲੱਗਦਾ ਤੇ ਟਰੱਕਾਂ ਦੇ ਟਰੱਕ ਜਿਹੜੇ ਆ ਕਿ ਲਾਸ਼ਾਂ ਨਾਲ ਭਰ ਕੇ ਜਿਹੜੇ ਆ ਕਿ ਉਹ ਖਪਾਏ ਗਏ, ਤੇ ਸਿਰਫ ਹਮਲਾ ਜਿਹੜਾ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਸਿਰਫ ਨਹੀਂ ਹੋਇਆ, 37 ਹੋਰ ਗੁਰਦੁਆਰਿਆਂ ਦੇ ਉੱਤੇ ਹਮਲੇ ਕੀਤੇ ਗਏ, ਜਿਨ੍ਹਾਂ ਦੇ ਵਿੱਚ ਗੁਰਦੁਆਰਾ ਰੂਪਨਿਵਾਰਨ ਸਾਹਿਬ ਪਟਿਆਲੇ ਦੇ ਵਿੱਚ ਵੀ ਆਮ ਸੁਣਿਆ ਜਾਂਦਾ ਕਿ ਉੱਥੋਂ 8 ਟਰੱਕ ਜਿਹੜੇ ਆ ਕਿ ਲਾਸ਼ਾਂ ਦੇ ਭਰ ਕੇ ਕੱਢੇ ਗਏ ਸੀ। ਤੇ ਇਹ ਗਿਣਤੀ ਜਿਹੜੀ ਆ ਕਿ ਆਮ ਤੌਰ ਤੇ ਇੱਕ ਅੰਦਾਜ਼ੇ ਦੇ ਮੁਤਾਬਕ ਜਿਹੜਾ ਕਿ 30-40 ਹਜ਼ਾਰ ਜਿਹੜੇ ਸੰਗਤ ਜਿਹੜੀ ਆ ਉਹ ਜੂਨ 1984 ਦੇ ਵਿੱਚ ਸ਼ਹੀਦ ਹੋਈ ਜੀ, ਤੇ ਲਗਭਗ 50,000 ਦਾ ਅੰਦਾਜ਼ਾ ਜਿਹੜਾ ਕਿ ਨਵੰਬਰ 1984 ਦੇ ਵਿੱਚ ਆ ਕਿ ਜਿਹੜਾ ਪੂਰੇ ਦੇਸ਼ ਦੇ ਵਿੱਚ ਚੁਣ ਚੁਣ ਕੇ ਸਿੱਖਾਂ ਨੂੰ ਜਿਹੜਾ ਕਤਲ ਕੀਤਾ ਗਿਆ ਜੀ। ਜੀ ਖਾਲਸਾ ਜੀ, ਇੱਕ ਅਖੀਰਲਾ ਸਵਾਲ, ਜੋ ਕੁਛ ਵੀ ਵਾਪਰਿਆ 36 ਵਰ੍ਹੇ ਬੀਤ ਚੁੱਕੇ ਹੈਗੇ ਨੇ, ਜਿਹਨਾਂ ਨੂੰ ਲੋਕ ਕਹਿੰਦੇ ਕਿ ਪੰਥ ਦੀ ਸਰਕਾਰ ਬਣ ਚੁੱਕੀ ਆ, ਪੰਥਕ ਸਰਕਾਰ, 5 ਵਾਰੀ ਮੁੱਖ ਮੰਤਰੀ ਰਹਿ ਚੁੱਕੇ ਨੇ, 2 ਵਾਰ ਲਗਾਤਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ, ਔਰ ਮੈਂ ਪਿੰਡਾਂ ਵਿੱਚ ਰਹਿ ਰਹਿ ਕੇ ਵੇਖਿਆ ਖਾਲਸਾ ਜੀ, ਬਹੁਤ ਸਾਰੇ ਪਿੰਡਾਂ ਦੇ ਲੋਕ, 3-4 ਸਾਲ ਪਹਿਲਾਂ ਦੀ ਗੱਲ ਹੈਗੀ ਆ, ਉਦੋਂ ਵੀ ਜਦੋਂ ਉਹਨਾਂ ਨਾਲ ਗੱਲ ਕਰਦੇ ਸੀਗੇ ਵੋਟ ਕਿਹਨੂੰ ਪਾਉਣੀ ਆ, ਕਹਿੰਦੇ ਖਾਲਸਾ, ਕਹਿੰਦੇ ਪੰਥ ਨੂੰ ਪਾਉਣੀ ਆ, ਪੰਥ ਕੌਣ ਹੈ, ਅਕਾਲੀ, ਅਕਾਲੀ ਦਲ ਬਾਦਲ, ਸੋ ਉਹਨਾਂ ਨੂੰ ਵੋਟਾਂ ਪਾਉਂਦੇ ਰਹੇ। ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਹੈਗਾ, ਜਿੱਦਾਂ ਤੁਸੀਂ ਸ਼ੁਰੂ ਵਿੱਚ ਆਖਿਆ ਸੀਗਾ, ਕਿ ਜਿਹੜੀਆਂ ਸਾਡੀਆਂ ਪੰਥਕ ਕਲਮਾਂ ਨੇ ਜਾਂ ਪੰਥਕ ਅਦਾਰੇ ਨੇ ਜਾਂ ਪੰਥਕ ਚੈਨਲ ਹੈਗੇ ਨੇ, ਅਤੇ ਉਹਨਾਂ ਨੂੰ ਜਿਹੜਾ ਸਪੋਰਟ ਕੀਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਕੰਮ ਕਰ ਸਕਣ, ਲੋਕਾਂ ਨੂੰ ਅਵੇਅਰ ਕਰ ਸਕਣ। ਕੀ ਤੁਹਾਨੂੰ ਲੱਗਦਾ ਕਿ ਅੱਜ 36 ਵਰ੍ਹਿਆਂ ਬਾਅਦ ਵੀ ਕੌਮ ਨੂੰ ਇੰਨਾ ਕੁ ਅਵੇਅਰ ਕੀਤਾ ਜਾ ਚੁੱਕਾ ਹੈਗਾ ਭਈ ਜਿਹੜੇ ਪੰਥਕ ਹੈਗੇ ਨੇ ਉਹ ਅਤੇ ਜਿਹੜੇ ਗੱਦਾਰ ਨੇ, ਗੱਦਾਰਾਂ ਦੀ ਨਿਸ਼ਾਨਦੇਹੀ ਚੰਗੀ ਤਰ੍ਹਾਂ ਹੋ ਪਾਈ ਹੈ, ਕੀ ਲੱਗਦਾ? ਹਾਂ ਤੇ ਵੀਰ ਜੀ, ਜੇ ਥੋੜ੍ਹੀ ਅਸੀਂ ਜੇ ਅਸੀਂ ਪਿਛੋਕੜ ਦੇ ਵਿੱਚ ਜਾਈਏ ਜੀ, ਕਿ ਜਿਸ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਜੀ, ਤੇ ਅਕਾਲ ਪੁਰਖ ਦੀ ਕਲਾ ਜਿਹੜੀ ਇਸ ਤਰ੍ਹਾਂ ਵਰਤੀ ਕਿ ਸਿੱਖ ਪੰਥ ਦੇ ਅੰਦਰ ਬੱਚੇ ਬੱਚੇ ਨੂੰ ਜਿਹੜਾ ਉਹ ਪਤਾ ਲੱਗ ਗਿਆ ਸੀ ਕਿ ਸਾਡੇ ਨਾਇਕ ਕੌਣ ਨੇ ਜੀ, ਤੇ ਸਾਡੇ ਗੱਦਾਰ ਕੌਣ ਨੇ ਜੀ। ਉਸ ਵੇਲੇ ਦੀ ਜਿਹੜੀ ਹੈ ਕਿ ਇੱਕ ਘਟਨਾ ਜਿਹੜੀ ਇੱਕ ਪੱਤਰਕਾਰ ਨੇ ਬਿਆਨ ਕੀਤੀ ਸੀ, ਮੈਂ ਆਪਣੀ ਕਿਤਾਬ ਦੇ ਵਿੱਚ ਉਹਦਾ ਜ਼ਿਕਰ ਕੀਤਾ ਕਿਸੇ ਦੇ ਜੀ, ਕਿ ਉਹ ਕਹਿੰਦੇ ਸੀ ਵੀ ਅਸੀਂ ਉੱਥੇ ਖੜੇ ਸੀਗੇ ਜਿਸ ਵੇਲੇ ਪ੍ਰਕਰਮਾਂ ਦੇ ਵਿੱਚ ਕਾਰ ਸੇਵਾ ਚੱਲ ਰਹੀ ਸੀ, ਤੇ ਇੱਕ ਦੁਕਾਨ ਦੇ ਵਿੱਚ ਜਿਹੜੀ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭੰਡਰਾਂ ਵਾਲਿਆਂ ਦੀਆਂ ਤਸਵੀਰਾਂ ਜਿਹੜੀਆਂ ਵਿਖ ਰਹੀਆਂ ਸੀ, ਧੜਾ ਧੜ ਲੋਕੀ ਉਹ ਤਸਵੀਰਾਂ ਖਰੀਦ ਰਹੇ ਸੀ ਜੀ। ਤੇ ਉਹ ਕਹਿੰਦੇ ਆ, ਕਹਿੰਦੇ ਕਿ ਮੇਰੇ ਨਾਲ ਇੱਕ ਪ੍ਰੋਫੈਸਰ ਖੜਾ ਸੀਗਾ, ਕਹਿੰਦੇ ਕਿ ਉਹ ਪ੍ਰੋਫੈਸਰ ਨੇ ਮੈਨੂੰ ਕਿਹਾ, ਕਹਿੰਦੇ ਵੀ ਮੈਂ ਤੁਹਾਨੂੰ ਜੀ ਜੇ ਲੌਂਗੋਵਾਲ ਹੋਰ ਆਉਂਦੀਆਂ ਕਿ ਅਕਾਲੀ ਦਲ ਦੇ ਬੰਦੇ ਸੀਗੇ ਜੀ, ਇਹਨਾਂ ਦੀਆਂ ਤਸਵੀਰਾਂ ਦਿਆਂ ਜੀ, ਤੇ ਕਹਾਂ ਕਿ ਸੰਤਾਂ ਦੀਆਂ ਤਸਵੀਰਾਂ ਜਿੰਨੇ ਜਿੰਨੇ ਦੇ ਵਿੱਚ ਵੇਖ ਰਹੀਆਂ ਨੇ ਵੀ ਉਸ ਤੋਂ ਅੱਧੇ ਰੇਟ ਦੇ ਵਿੱਚ ਇਹ ਤਸਵੀਰਾਂ ਵੇਚੋ, ਤੇ ਤੁਹਾਡੀ ਬੜੀ ਬਹਾਦਰੀ ਹੋਊਗੀ ਜੇ ਸ਼ਾਮ ਤੱਕ ਤੁਸੀਂ 5 ਤਸਵੀਰਾਂ ਵੀ ਵੇਚ ਦਿਓ ਉਹਨਾਂ ਦੀਆਂ ਜੀ। ਜੀ ਤੇ ਅੱਗੋਂ ਇਹ ਕਿਉਂ ਹੋਇਆ, ਕਹਿੰਦੇ ਵੀ ਆਪ ਹੀ ਉਹਨਾਂ ਨੇ ਜਿਹੜਾ ਨਾ ਉਹ ਪ੍ਰੋਫੈਸਰ ਸੀ ਜਿਹੜੇ ਗੱਲ ਕਰ ਰਹੇ ਸੀ, ਉਹਨਾਂ ਨੇ ਜਵਾਬ ਦਿੱਤਾ ਜੀ, ਕਹਿੰਦੇ ਸੀ ਵੀ ਤਸਵੀਰਾਂ ਉਹਨਾਂ ਦੀਆਂ ਵਿਕਦੀਆਂ ਹੁੰਦੀਆਂ ਜੀ ਜੀ ਜਿਹੜੇ ਆਪ ਨਹੀਂ ਵਿਕਦੇ, ਜਿਹੜੇ ਆਪ ਨਹੀਂ ਵਿਕਦੇ। ਵਾਹ ਜੀ। ਤੇ ਉਸ ਵੇਲੇ ਅਸੀਂ ਸਮਝਦੇ ਹਾਂ ਕਿ ਬੱਚੇ ਬੱਚੇ ਨੂੰ ਜਿਹੜਾ ਕਿ ਪਤਾ ਲੱਗ ਗਿਆ ਸੀਗਾ ਕਿ ਸੰਤ ਜਰਨੈਲ ਸਿੰਘ ਸਾਡੇ ਸਿੱਖ ਸੀਗੇ ਜੀ, ਤੇ ਅਕਾਲੀ ਦਲ ਜਿਹੜੀ ਸਿੱਖਾਂ ਦੀ ਨੁਮਾਇੰਦਾ ਕੌਣ ਵਾਲੀ ਜਮਾਤ ਹੈ, ਗੱਦਾਰੀ ਕੀਤੀ, ਗੱਦਾਰਾਂ ਵਾਲਾ ਰੋਲ ਨਿਭਾਇਆ, ਤੇ ਉਸ ਵੇਲੇ ਜੇ ਚੋਣਾਂ ਹੋ ਜਾਂਦੀਆਂ ਜੀ ਪੰਜਾਬ ਦੇ ਵਿੱਚ, ਜੇ ਹਿੰਦੁਸਤਾਨ ਦੀ ਹਕੂਮਤ ਕਰਵਾ ਦਿੰਦੀ ਜੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾ ਦਿੰਦੀ ਜੀ, ਤੇ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਕਿ ਇਹ ਅਕਾਲੀ ਦਲ ਜਿਹੜਾ ਰਵਾਇਤੀ ਅਕਾਲੀ ਦਲ ਕਿਹਾ ਜਾਂਦਾ, ਇਹ ਕਦੀ ਵੀ ਜਿੱਤ ਨਹੀਂ ਸੀ ਸਕਦਾ, ਇਹਨਾਂ ਦੀਆਂ ਜਮਾਨਤਾਂ ਕਿਹੜੀਆਂ ਜ਼ਬਤ ਹੋਣੀਆਂ ਸੀਗੀਆਂ ਜੀ। ਭਾਰਤੀ ਹਕੂਮਤ ਨੇ ਪਤਾ ਨੀ ਕਿੰਨੇ ਕੁ ਫਰੰਟ ਖੋਲ ਕੇ ਜਿਹੜਾ ਤੇ ਸੰਘਰਸ਼ਸ਼ੀਲ ਧਿਰਾਂ ਨੂੰ ਬਦਨਾਮ ਕਰਨ ਵਾਲਾ, ਉਰਦਾ ਜ਼ਮੀਰ ਵਾਲੇ ਲੋਕਾਂ ਨੂੰ ਸਿੱਖਾਂ ਦੇ ਨਾਇਕ ਵਜੋਂ ਉਭਾਰਨ ਦੇ ਲਈ ਜ਼ੋਰ ਲਾਇਆ, ਕਿੰਨਾ ਹੀ ਪੈਸਾ ਉਸ ਚ ਆਇਆ, ਅਖੀਰ ਜਦੋਂ
ਉਹ ਇਹਨਾਂ ਨੂੰ ਦੁਬਾਰਾ ਸਿੱਖਾਂ ਦੇ ਮਨਾਂ ਦੇ ਵਿੱਚ ਲੀਡਰਾਂ ਦੇ ਵਿੱਚ ਸਥਾਪਿਤ ਕਰਨ ਕੇ ਜਦੋਂ ਕਾਮਯਾਬ ਹੋ ਗਏ ਉਸ ਤੋਂ ਬਾਅਦ ਜਿਹੜਾ ਕਿ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਈਆਂ ਉਦੋਂ ਤੱਕ ਉਹਨਾਂ ਨੇ ਚੋਣ ਨਹੀਂ ਹੋਣ ਦਿੱਤੀਆਂ ਤੇ ਨਾ ਹੀ ਉਹਨਾਂ ਨੇ ਪੰਜਾਬ ਦੇ ਵਿੱਚ ਅਸੈਂਬਲੀ ਦੀਆਂ ਚੋਣਾਂ ਉਦੋਂ ਤੱਕ ਹੋਣ ਦਿੱਤੀਆਂ। ਇਸ ਕਰਕੇ ਭਾਰਤੀ ਹਕੂਮਤ ਦੀ ਅਸੀਂ ਇਸ ਪੱਖੋਂ ਕਹਿੰਦੇ ਹਾਂ ਸਮਝ ਸਕਦੇ ਹਾਂ ਕਿ ਇੱਕ ਜਿੱਤ ਆ ਕਿ ਉਹਨਾਂ ਨੇ ਸਾਡੀ ਕੌਮ ਦੇ ਗਦਾਰ ਜਿਹੜੇ ਸੀ ਉਹਨਾਂ ਨੂੰ ਲੀਡਰ ਸਾਡੀ ਕੌਮ ਦੇ ਲੀਡਰ ਬਣਾ ਕੇ ਦੁਬਾਰਾ ਸਾਡੀ ਕੌਮ ਦੇ ਸਿਰ ਤੇ ਮਾਰ ਦਿੱਤਾ ਤੇ ਇਹ ਜ਼ਿੰਮੇਵਾਰੀ ਜਿਹੜੀ ਹੈ ਹੁਣ ਅਸੀਂ ਸਮਝਦੇ ਹਾਂ ਕਿ ਸਾਡੀ ਬਣਦੀ ਹੈ ਜਿੰਨੇ ਕਿ ਚੇਤਨ ਧਿਰਾਂ ਨੇ ਜਾਂ ਮੀਡੀਆ ਕਿ ਅਸੀਂ ਇਹਨਾਂ ਗਦਾਰਾਂ ਨੂੰ ਫੇਰ ਆਪਣੀ ਕੌਮ ਦੇ ਵਿੱਚ ਨੰਗਾ ਕਰ ਸਕੀਏ ਤੇ ਇਹਨਾਂ ਨੂੰ ਕੌਮ ਦੇ ਕੋਲੋਂ ਲਾਹ ਸਕੀਏ। ਖਾਲਸਾ ਜੀ, ਵਾਕਈ ਜਿਹੜੀ ਤੁਸੀਂ ਗੱਲ ਕਰੀ ਹੈਗੀ ਆ ਕਿ ਸਰਕਾਰ ਨੇ ਸਾਰਾ ਕੁਛ ਕੀਤਾ, ਜਿਹੜੇ ਕੌਮ ਦੇ ਗੱਦਾਰ ਸੀਗੇ ਉਹਨਾਂ ਨੂੰ ਉਹਨਾਂ ਨੇ ਸਿੱਖ ਨਾਇਕਾਂ ਦੇ ਵਜੋਂ ਪੇਸ਼ ਕੀਤਾ ਔਰ ਕੌਮ ਦੇ ਉੱਪਰ ਉਹਨਾਂ ਨੇ ਮੜ ਦਿੱਤਾ ਔਰ 5 ਵਾਰ ਉਹ ਲੋਕ ਸੱਤਾ ਦੇ ਉੱਪਰ ਕਾਬਜ਼ ਹੋਏ। ਲੋਕਾਂ ਦੇ ਮਨ 'ਚ ਗੱਲ ਇਹ ਬਣ ਗਈ ਕਿ ਇਹ ਲੋਕ ਪੰਥਕ ਹੈਗੇ, ਅਸੀਂ ਕਾਂਗਰਸ ਨੂੰ ਵੋਟ ਨਹੀਂ ਪਾਉਣੀ ਕਿਉਂਕਿ ਕਾਂਗਰਸ ਨੇ ਹਮਲਾ ਕਰਵਾਇਆ ਸੀਗਾ, ਪਰ ਅਸੀਂ ਪੰਥ ਨੂੰ ਵੋਟ ਪਾਉਣੀ ਆ, ਅਕਾਲੀਆਂ ਨੂੰ ਵੋਟ ਪਾਉਣੀ ਆ ਕਿਉਂਕਿ ਉਹ ਆਪਣੇ ਨੇ। ਪਰ ਜਿਵੇਂ ਸ਼ੁਰੂ ਵਿੱਚ ਗੱਲ ਹੋਈ ਸੀਗੀ ਕਿ ਕਾਫੀ ਹੱਦ ਤੱਕ ਨਵੀਂ ਪੀੜ੍ਹੀ ਜਿਹੜੀ ਹੈਗੀ ਆ ਜਾਗਰੂਕ ਵੀ ਹੋ ਰਹੀ ਆ, ਸੋਸ਼ਲ ਮੀਡੀਆ ਦਾ ਯੁੱਗ ਹੈਗਾ, ਪਰ ਹੁਣ ਵੇਖਦੇ ਹਾਂ ਕਿ ਸੋਸ਼ਲ ਮੀਡੀਆ ਦਾ ਸੰਗਾ ਘਟਣ ਦੀ ਵੀ ਸਰਕਾਰਾਂ ਵੱਲੋਂ ਕੋਸ਼ਿਸ਼ ਕਈ ਵਾਰ ਕੀਤੀ ਜਾਂਦੀ ਹੈਗੀ ਆ, ਗਾਹੇ ਬਗਾਹੇ ਉਹਦੀਆਂ ਉਦਾਹਰਣਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਖਾਲਸਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਸਾਰੀ ਵਡਮੁੱਲੀ ਜਾਣਕਾਰੀ ਦਿੱਤੀ ਹੈ। ਨਵੰਬਰ ਜੂਨ 1984 ਘੱਲੂਘਾਰਾ ਜੂਨ 1984 ਦੇ ਸੰਬੰਧ ਵਿੱਚ 36 ਵਰ੍ਹੇ ਬੀਤ ਚੁੱਕੇ ਨੇ, ਜ਼ਖਮ ਜਿਉਂਦੇ ਤਿਉਂ ਅੱਲੇ ਨੇ, ਅੱਜ ਵੀ ਕੌਮ ਉਹ ਸਾਰਾ ਕੁਛ ਨਹੀਂ ਭੁੱਲਦੀ ਜਿਵੇਂ ਤੁਸੀਂ ਆਖਿਆ ਸੀਗਾ ਕਿ ਭੁੱਲਣਾ ਵੀ ਨਹੀਂ ਚਾਹੀਦਾ। ਖਾਲਸਾ ਜੀ, ਆਸ ਕਰਦੇ ਹਾਂ ਕਿ ਕੌਮ ਨੇ ਜਿੰਨੀਆਂ ਤੁਸੀਂ ਗੱਲਾਂ ਕੀਤੀਆਂ ਨੇ ਤੁਹਾਡੀਆਂ ਸਾਰੀਆਂ ਗੱਲਾਂ ਤੋਂ ਜ਼ਰੂਰ ਬਹੁਤ ਸਾਰੀ ਜਾਣਕਾਰੀ ਹਾਸਲ ਕੀਤੀ ਹੋਊਗੀ, ਬਹੁਤ ਸਾਰਾ ਲਾਹਾ ਲਿਆ ਹੋਊਗਾ। ਖਾਲਸਾ ਜੀ, ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ, ਤੁਸੀਂ ਸਾਡੇ ਨਾਲ ਜੁੜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਵੀਰ ਜੀ, ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਇਹ ਸਨ ਸਾਡੇ ਮਹਿਮਾਨ ਸਰਦਾਰ ਬਲਜੀਤ ਸਿੰਘ ਜੀ ਖਾਲਸਾ, ਜਿਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਆ। ਸੰਪਾਦਕ ਵੰਗਾਰ ਸਾਲਾ ਸ਼ਬਦ ਹੈਗਾ ਅੰਮ੍ਰਿਤਸਰ ਤੋਂ ਦੇ ਸੰਪਾਦਕ ਨੇ, ਉਹਨਾਂ ਨੇ ਬਹੁਤ ਸਾਰੀ ਜਾਣਕਾਰੀ ਸਾਂਝੀ ਕੀਤੀ ਆ। ਸੋ ਘੱਲੂਘਾਰਾ ਜੂਨ 1984 ਦੇ ਸੰਬੰਧ ਵਿੱਚ ਜਿਹੜੀ ਅਸੀਂ ਪ੍ਰੋਗਰਾਮਾਂ ਦੀ ਲੜੀ ਚਲਾਈ ਹੋਈ ਆ, ਉਸ ਲੜੀ ਦੇ ਤਹਿਤ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਨੇ ਸਰਵਣ ਕੀਤਾ। ਆਸ ਕਰਦੇ ਹਾਂ ਤੁਸੀਂ ਸਾਡੇ ਪ੍ਰੋਗਰਾਮ ਤੋਂ ਜ਼ਰੂਰ ਬਹੁਤ ਸਾਰਾ ਲਾਹਾ ਲਿਆ ਹੋਊਗਾ। ਕੱਲ੍ਹ ਫਿਰ ਤੁਹਾਡੇ ਰੂਬਰੂ ਹੋਵਾਂਗੇ ਇਸੇ ਹੀ ਵਿਸ਼ੇ ਦੇ ਉੱਪਰ ਨਵੇਂ ਮਹਿਮਾਨ ਅਤੇ ਨਵੀਂ ਅਤੇ ਹੋਰ ਵਡਮੁੱਲੀ ਜਾਣਕਾਰੀ ਲੈ ਕੇ। ਸਾਰਿਆਂ ਦਾ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।